ਸੁਭਾਏ ਮਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਅੱਜ ਅਸੀਂ ਸਰਬੱਤ ਸੰਗਤਾਂ ਸਾਡੀ ਬਹੁਤ ਹੀ ਸਤਿਕਾਰਯੋਗ ਮਾਤਾ ਜੋਗਿੰਦਰ ਕੌਰ ਜੀ ਜਿੰਨੀ ਇੱਕ ਪਰਮਾਤਮਾ ਦੇ ਵੱਲੋਂ ਉਹਨਾਂ ਨੂੰ ਸਵਾਸਾਂ ਦੀ ਪੂੰਜੀ ਪ੍ਰਾਪਤ ਹੋਈ ਸੀ ਉਸ ਪੂੰਜੀ ਨੂੰ ਭੋਗਦਿਆਂ ਹੋਇਆਂ ਪਰਲੋਕ ਗਮਨ ਕਰ ਗਏ ਉਹਨਾਂ ਦੀ ਰੂਹ ਦੀ ਕਲਿਆਣ ਵਾਸਤੇ ਉਹਨਾਂ ਦੇ ਸਪੁੱਤਰ ਸਰਦਾਰ ਅਜੀਤ ਸਿੰਘ ਜੀ ਸਰਪੰਚ ਸਰਦਾਰ ਕਾਰਜ ਸਿੰਘ ਜੀ ਸਰਦਾਰ ਕੁਲਦੀਪ ਸਿੰਘ ਜੀ ਸਰਦਾਰ ਸਤਵਿੰਦਰ ਸਿੰਘ ਜੀ ਸਰਦਾਰ ਭੁਪਿੰਦਰ ਸਿੰਘ ਜੀ ਤਥਾ ਸਾਰੇ ਪਰਿਵਾਰ ਦੇ ਵੱਲੋਂ ਇਕੱਤਰ ਹੋ ਕਰਕੇ ਪਰਸੋਂ ਦੇ ਰੋਜ਼ ਤੋਂ ਧੁਰਕੀ ਬਾਣੀ ਦੇ ਅਖੰਡ ਜਾਪ ਪ੍ਰਾਰੰਭ ਹੋਏ ਕਿਤੇ ਉਹਨੇ ਆਪਣੇ ਕੱਪੜੇ ਦੇ ਲਾਲ ਸਿਰ ਤੋਂ ਨੀੜਾ ਲਾ ਕੇ ਬਾਪੂ ਦਾ ਪਰਨਾ ਝਾੜਦੀ ਜਿਵੇਂ ਜਿਵੇਂ ਪਰਨਾ ਝਾੜਦੀ ਹੈ ਅਤੇ ਬਾਪੂ ਦੀਆਂ ਧਾਹਾਂ ਨਿਕਲ ਗਈਆਂ ਕਹਿੰਦੀ ਬਾਪੂ ਰੋਇਆ ਕਿਉਂ ਗੱਲ ਦਾ ਕੀ ਕਹਿੰਦਾ ਧੀਏ ਮੈਂ ਸੋਚਦਾ ਸੀ ਧੀਆਂ ਬੜੀਆਂ ਮਾੜੀਆਂ ਹੁੰਦੀਆਂ ਨੇ ਪਰ ਅੱਜ ਪਤਾ ਲੱਗਾ ਜਿਹੜੀ ਧੀ ਅੱਜ ਬਾਪੂ ਦੇ ਪਏ ਹੋਏ ਪਰਨੇ ਤੇ ਮਿੱਟੀ ਨਹੀਂ ਜਾ ਸਕਦੀ ਇਹ ਕੱਲ੍ਹ ਨੂੰ ਧੀ ਮੇਰੀ ਪੱਗ ਨੂੰ ਦਾਗ ਨਹੀਂ ਹੋਊਗੀ ਅੱਜ ਮੈਨੂੰ ਪਤਾ ਲੱਗ ਗਿਆ ਚੱਲ ਧੀਏ ਤੇਰੀ ਮਾਂ ਤੇ ਘਰੇ ਰੋਂਦੀ ਹੋਵੇਗੀ ਕਹਿੰਦੇ ਬਾਪੂ ਜਿਹੜਾ ਸੀ ਵਾਹਿਗੁਰੂ ਅਰਦਾਸ ਬੇਨਤੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲੇ ਧਿਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਥੇ ਸਭ ਸੁਜਾਏ ਦੇਵ ਹਰ ਸਿਮਰਿਆ ਕਰਨਾ ਜਾਵੇ ਧਾਏ ਸਭ ਥਾਂ ਕੋ ਸਹਾਏ ਦਸਵੇਂ ਪਾਤਸ਼ਾਹ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਂ ਕੋ ਸਹਾਏ ਦਸਾਂ ਹੀ ਪਾਤਸ਼ਾਹੀਆਂ ਜੀ ਦੀ ਜੋਤ
ਪਾਵਨ ਪਵਿੱਤਰ ਸਵਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਥੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਆਪ ਜੀ ਦਾ ਨਾਮ ਆਪ ਜੀ ਦੇ ਪਾਵਨ ਵਾਕ ਹਨ, ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਦੇ ਮਹਾਂਵਾਕਾਂ ਸਰ ਪਾਤਸ਼ਾਹ ਜੀਓ, ਦਰਕਰ ਦੇ ਪ੍ਰੀਤਵਾਨ ਮਾਤਾ ਜੋਗਿੰਦਰ ਕੌਰ ਜੀ ਸਤਿਗੁਰੂ ਜੀ, ਆਪ ਜੀ ਦੇ ਦੁਆਰਾ ਬਖਸ਼ਿਸ਼ ਕੀਤੇ ਹੋਏ ਸਵਾਸਾਂ ਨੂੰ ਪੂਰੇ ਕਰਦੇ ਹੋਏ ਕੁਝ ਦਿਨ ਪਹਿਲਾਂ ਸੇਵਕ ਪਰਿਵਾਰ ਸਮੂਹ ਸਾਕਾ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਪਾਤਸ਼ਾਹ ਜੀਓ, ਤਿੰਨਾਂ ਦੇ ਸੇਵਕ ਪਰਿਵਾਰ ਨੇ ਮਾਤਾ ਜੀ ਦੀ ਆਤਮਾ ਦੀ ਸ਼ਾਂਤੀ ਵਾਸਤੇ ਸਤਿਗੁਰੂ ਜੀ ਪਰਸੋਂ ਵਾਲੇ ਰੋਜ਼ ਤੋਂ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਆਰੰਭ ਕਰਵਾਈ। ਆਪ ਜੀ ਦੀ ਕਿਰਪਾ ਦਾ ਸਦਕਾ ਨਿਰਵਿਘਨਤਾ ਸਹਿ ਸੰਪੂਰਨ ਭੋਗ ਪਾਏਗਾ ਉਪਰੰਤ ਸਤਿਗੁਰੂ ਜੀ ਖੁੱਲ੍ਹੇ ਦੀਵਾਨਾਂ ਵਿੱਚ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਹੋਏ ਕਥਾ ਹੋਏ। ਸਤਿਗੁਰੂ ਜੀ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਕੀਰਤਨ ਕਰਦੇ ਹਾਂ। ਇੱਕਣੀ ਨੇਕੀ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਸਤਿਗੁਰੂ ਜੀ ਆਪ ਜੀ ਬਖਸ਼ਣ ਯੋਗ ਉਹ ਬਖਸ਼ ਲੈਣਾ, ਸੇਵਕਾਂ ਦੀ ਕੀਤੀ ਸੇਵਾ ਨੂੰ ਦਰ ਤੇ ਪ੍ਰਵਾਨ ਕਰ ਲੈਣਾ, ਵਿਛੜੀ ਹੋਈ ਰੂਹ ਆਪਣੇ ਚਰਨਾਂ ਕਮਲਾਂ ਦਾ ਨਿਵਾਸ ਬਖਸ਼ਣਾ, ਪਰਿਵਾਰ ਨੂੰ ਭਾਣਾ ਮੰਨਣ ਦਾ ਵਰ ਹੁਕਮ ਬਖਸ਼ਣਾ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਧਨਾਸਰੀ ਮਹੱਲਾ ਪੰਜਵਾਂ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਨੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ, ਨਾਨਕ ਕੈ ਸੁਖ ਇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੀਦਾ ਦਰਿਆਵੇ ਕੰਨੇ ਬਦਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੇ। ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਮਾਤਾ ਜੋਗਿੰਦਰ ਕੌਰ ਜੀ ਇਸ ਸੰਸਾਰ ਵਿੱਚ ਨਹੀਂ ਰਹੇ, ਅੱਜ ਆਪਾਂ ਸਾਰੇ ਹੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ। ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ, ਕਹਿ ਨਾਨਕ ਤੇ ਨਾ ਰਹੇ ਜਿਉ ਵਾਲੂ ਕੀ ਪੀਤ। ਅੱਜ ਅਸੀਂ ਮਾਤਾ ਜੋਗਿੰਦਰ ਕੌਰ ਜੀ ਦੀ ਅੰਤਮ ਦਾ ਸ਼ਾਮਲ ਹੋਣ ਲਈ ਅੱਜ ਸ਼ਤਰ ਬੁਲ ਤੇ ਜੀ ਇਕੱਤਰ ਹੋਏ ਹਾਂ। ਜਿਹਾ ਜਿਹੜੀ ਲਿਖਿਆ ਤਿਹਾ ਘੁਮਾਏ, ਇਕੱਲੇ ਆਏ ਨਾਨਕਾ ਸੱਜੇ ਉੱਠ ਜਾਏ, ਅਤੇ ਮਹਾਂਵਾਕ ਅਨੁਸਾਰ ਪਰਮਾਤਮਾ ਬਖਸ਼ਿਸ਼ ਕੀਤੀ ਆਈ ਭੋਗ ਕੇ ਇਹ ਸੰਸਾਰ ਤੋਂ ਸਦਾ ਸਦਾ ਵਾਸਤੇ ਵਿਛੜ ਗਏ। ਮੰਦਰ ਖਾਏ ਮੰਡਲ ਮੈਂ ਆਏ, ਕੋਈ ਵੀ ਇਨਸਾਨ, ਕੋਈ ਵੀ ਪ੍ਰਾਣੀ, ਕੋਈ ਵੀ ਜੀਵ ਜੋ ਦੁਨੀਆਂ 'ਚ ਪੈਦਾ ਹੁੰਦਾ ਹੈ ਉਸ ਵੇਲੇ ਦਾ ਅਖੀਰਲਾ ਸਥਾਨ। ਸੋ ਸਿਆਣਿਆਂ ਦੀਆਂ ਖੁਸ਼ੀਆਂ ਸ਼ਾਮਲ ਖੁਸ਼ੀਆਂ ਵੱਧਦੀਆਂ ਨੇ, ਜੇ ਦੁੱਖ ਜਿਹਾ ਦੁੱਖ ਹੋ ਜਾਂਦਾ ਹੈ। ਅੱਜ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਹਾਜ਼ਰ ਹੋਇਆ। ਗੁਰੂ ਮਹਾਰਾਜ ਚਰਨ ਅਰਦਾਸ ਕਹਿੰਦਾ, ਹੇ ਸੱਚੇ ਪਾਤਸ਼ਾਹ,
ਉਹਨਾਂ ਨੂੰ ਅੱਜ ਇੱਦਾਂ ਨਿਵਾਸ ਬਖਸ਼, ਸਾਰੇ ਪਰਿਵਾਰ ਨੂੰ, ਸਾਥੀਆਂ ਨੂੰ, ਦੋਸਤਾਂ ਨੂੰ, ਭਾਣਾ ਮਨੇ ਦਾ ਬਲ ਬਖਸ਼। ਇੰਨੇ ਸ਼ਬਦ ਕਹਿ ਕੇ ਸ਼ਰਧਾ ਫੁੱਲ ਭੇਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਤੇ ਪਾਵੇ ਚਲ, ਸਤਿਗੁਰ।
Thank you.
ਰੋਸ ਕਿਸੈ ਸਿਉਂ ਕੀਜੈ। ਰੋਸ ਕਿਸੈ ਸਿਉਂ ਕੀਜੈ, ਰੋਸ ਕਿਸੈ ਸਿਉਂ ਕੀਜੈ, ਜਿਸ ਕੀ ਵਾਰਤ ਕੋਈ ਲੈ ਜਾਏ ਜੈ। ਰਾਜਾ ਰਾਮ ਚੰਦ
Thank you.
Bye.
ਸਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ ਸੁਰਗਵਾਸੀ ਮਾਤਾ ਜਗਿੰਦਰ ਕੌਰ ਜੀ, ਅੱਜ ਤੋਂ ਕੁਝ ਦਿਨ ਪਹਿਲਾਂ ਗੁਰੂ ਤਨਾ ਸਾਹਿਬ ਰਾਜੇ ਸਨ, ਉਹਨਾਂ ਦੀ ਰੂਹ ਦੀ ਕਿਰਾਂਤਾ ਵਾਸਤੇ ਪਰਸੋਂ ਦੇ ਰੋਜ਼ ਤੋਂ ਸ੍ਰੀ ਕੰਡ ਪਾਸਾ ਪ੍ਰਾਰੰਭ ਕਰਵਾਏ ਗਏ। ਆਪ ਜੀ ਨੇ ਭੋਗ ਸਰਵਣ ਕੀਤੇ ਉਪਰੰਤ ਖੁੱਲ੍ਹੇ ਬਨਾਲਾ ਵਿੱਚ ਕੀਰਤਨ ਸਰਵਣ ਕੀਤਾ। ਸੋ ਆਪਣੀ ਸਮੂਹ ਸੰਗਤਾਂ ਦੀ ਇਹ ਅਰਦਾਸ ਹੈ, ਗੁਰੂ ਸਾਹਿਬ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ, ਕਿਸੇ ਪਰਿਵਾਰ ਨੂੰ ਸਾਸ ਬੰਦੇ ਨੂੰ ਪਾਣਾ ਮੁੰਡਾ ਬਲ ਬਖਸ਼ਿਸ਼ ਕਰਨ ਜੀ। ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਸਾਡੇ ਸਤਿਕਾਰਯੋਗ ਵੀਰ ਜੀ ਸੁਲਤਾਨਪੁਰ ਲੋਧੀ ਤੋਂ ਕਥਾ ਵਾਚਕ ਸਿੱਧੇ ਤੌਰ 'ਤੇ ਪਹੁੰਚੇ ਹਨ। ਆਪ ਜੀ ਕਥਾ ਨਾਲ ਕਥਾ ਸਰਵਣ ਕਰੋ। ਸੋ ਵਾਹਿ ਇੱਥੇ ਸਮੇਂ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹਿਤੀ ਜਾਤ ਕਦੇ ਤ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧ ਹੈ ਨਿਤ ਪਾਰਚ। ਗੱਦੀ ਤੇ ਸੁਭਾਏ ਮਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਅੱਜ ਅਸੀਂ ਸਰਬੱਤ ਸੰਗਤਾਂ ਸਾਡੀ ਬਹੁਤ ਹੀ ਸਤਿਕਾਰਯੋਗ ਮਾਤਾ ਜੋਗਿੰਦਰ ਕੌਰ ਜੀ, ਜਿੰਨੀ ਕੁ ਪਰਮਾਤਮਾ ਦੇ ਵੱਲੋਂ ਉਹਨਾਂ ਨੂੰ ਸਵਾਸਾਂ ਦੀ ਪੂੰਜੀ ਪ੍ਰਾਪਤ ਹੋਈ ਸੀ, ਉਸ ਪੂੰਜੀ ਨੂੰ ਭੋਗਦਿਆਂ ਹੋਇਆਂ ਪਰਲੋਕ ਗਮਨ ਕਰ ਗਏ। ਉਹਨਾਂ ਦੀ ਰੂਹ ਦੀ ਕਲਿਆਣ ਵਾਸਤੇ ਉਹਨਾਂ ਦੇ ਸਪੁੱਤਰ ਸਰਦਾਰ ਅਜੀਤ ਸਿੰਘ ਜੀ ਸਰਪੰਚ, ਸਰਦਾਰ ਕਾਰਜ ਸਿੰਘ ਜੀ, ਸਰਦਾਰ ਕੁਲਦੀਪ ਸਿੰਘ ਜੀ, ਸਰਦਾਰ ਸਤਵਿੰਦਰ ਸਿੰਘ ਜੀ, ਸਰਦਾਰ ਭੁਪਿੰਦਰ ਸਿੰਘ ਜੀ ਤਥਾ ਸਾਰੇ ਪਰਿਵਾਰ ਦੇ ਵੱਲੋਂ ਇਕੱਤਰ ਹੋ ਕਰਕੇ ਪਰਸੋਂ ਦੇ ਰੋਜ਼ ਤੋਂ ਧੁਰਕੀ ਬਾਣੀ ਦੇ ਅਖੰਡ ਜਾਪ ਪ੍ਰਾਰੰਭ ਹੋਏ ਸੀ। ਸੰਪੂਰਨਤਾ ਤੋਂ ਉਪਰੰਤ ਅੰਮ੍ਰਿਤਸਰ ਸਾਹਿਬ ਤੋਂ, ਸ੍ਰੀ ਹਰਿਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਜੀ ਹੋਣਾ ਦੇ ਜਥੇ ਦੇ ਪਾਸੋਂ ਆਪ ਜੀ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ। ਆਓ ਯਤਨ ਕਰੀਏ, ਕਿਉਂਕਿ ਮੌਤ ਦੇ ਸੰਬੰਧ ਵਿੱਚ ਇਕੱਠੇ ਹੋਏ ਆਪਾਂ, ਸੱਚ ਜਾਣਿਓ ਕਿ ਮੌਤ ਵਾਲਾ ਸਮਾਂ ਹਰ ਘਰ ਦੇ ਵਿੱਚ ਹਰ ਜੀਵ ਦੇ ਉੱਪਰ ਵਾਪਰਨਾ, ਅਤੇ ਮੌਤ ਦੇ ਪਰਫਾਏ ਸਾਹਿਬ ਨੇ ਇਹ ਗੁਰਬਾਣੀ ਦੇ ਅੰਦਰ ਕਿਰਪਾ ਕੀਤੀ ਕਿ ਅਸਲ ਵਿੱਚ ਤੇਰੀ ਜ਼ਿੰਦਗੀ ਵਾਲਾ ਦਿਨ
ਇਹ ਬਾਅਦ ਵਿੱਚ ਲਿਖਿਆ ਗਿਆ ਤੇ ਮਰਨ ਵਾਲਾ ਦਿਨ ਪਹਿਲਾਂ ਲਿਖਿਆ ਗਿਆ। ਸਤਿਗੁਰਾਂ ਨੇ ਗੁਰਬਾਣੀ ਅੰਦਰ ਕਿਰਪਾ ਕੀਤੀ, ਮਰਨ ਲਿਖਾਏ ਮੰਡਲ ਮੈਂ ਆਏ, ਇਹ ਪਹਿਲਾਂ ਮਰਨ ਵਾਲਾ ਅੱਖਰ ਪਾਇਆ ਗਿਆ। ਮੌਤ ਵਾਲਾ ਅੱਖਰ ਪਾ ਕੇ ਤੇ ਫਿਰ ਤੈਨੂੰ ਉਹ ਪਰਮਾਤਮਾ ਨੇ ਸੰਸਾਰ ਦੇ ਵਿੱਚ ਭੇਜਿਆ ਹੈ। ਪਰ ਕਮਾਲ ਦੀ ਗੱਲ ਹੈ ਕਿ ਜਿਹੜਾ ਅੱਖਰ ਸਭ ਤੋਂ ਪਹਿਲਾਂ ਰੱਬ ਨੇ ਪਾਇਆ ਹੈ ਤੇ ਉਹਦੇ ਤੋਂ ਡਰ ਵੀ ਜ਼ਿਆਦਾ ਲੱਗਦਾ। ਪਹਿਲਾਂ ਮੌਤ ਵਾਲਾ ਅੱਖਰ ਪਾਇਆ ਹੈ, ਫਿਰ ਸੰਸਾਰ ਤੇ ਭੇਜਿਆ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਮਰਨ ਤੋਂ ਹੀ ਜ਼ਿਆਦਾ ਡਰ ਲੱਗਦਾ। ਆਮ ਕਰਕੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਆਪਾਂ ਕਹਿੰਦੇ ਵੀ ਸਵਰਗਵਾਸ ਹੋ ਗਏ, ਕਿਉਂਕਿ ਮੌਤ ਕਹਿਣਾ ਵੀ ਬੜਾ ਹੋਰ ਤਰ੍ਹਾਂ ਲੱਗਦਾ ਹੈ ਵੀ ਮਰ ਗਿਆ। ਇੱਕ ਸ਼ਬਦ ਡਰ ਵਾਲਾ ਸ਼ਬਦ ਹੈ, ਮੌਤ ਤੋਂ ਇੱਕ ਡਰ ਜਿਹਾ ਪ੍ਰਤੀਤ ਹੁੰਦਾ ਹੈ ਕਿ ਮੌਤ ਇੱਕ ਐਸਾ ਭਿਆਨਕ ਸਮਾਂ ਹੈ। ਪਰ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਕਿਰਪਾ ਕੀਤੀ, ਕਿਹਾ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ। ਪਰ ਇਹਦੇ ਬਾਰੇ ਕਹਿੰਦੇ ਪਤਾ ਕੋਈ ਨਹੀਂ, ਜਿਹੜਾ ਮਰਨਾ ਸ਼ਬਦ ਤੇ ਪਹਿਲਾਂ ਲਿਖਿਆ ਗਿਆ ਪਰ ਮਰਾਂਗੇ ਕਿਵੇਂ, ਕਿਹਾ ਜਾਣਾ ਅੰਦਰ ਵੱਸਦਾ ਹੋਵੇ ਤੇ ਤੇਰਾ ਮਰਨਾ ਸਹਿਜ ਵਾਲਾ ਹੋਵੇਗਾ, ਤੈਨੂੰ ਪਤਾ ਨਹੀਂ ਲੱਗੇਗਾ, ਤੇਰੇ ਮਰਨ ਦੇ ਵਿੱਚ ਵੀ ਆਨੰਦ ਹੋਵੇਗਾ। ਕਬੀਰ ਜਿਸ ਮਰਨੇ ਤੇ ਜਾਗ ਡਰੇ ਮੇਰੇ ਮਨ ਆਨੰਦ। ਹੁਣ ਜਿਸ ਮੌਤ ਤੋਂ ਸਾਰਾ ਸੰਸਾਰ ਕੰਬਦਾ ਪਿਆ, ਕਹਿੰਦੇ ਉਸ ਮੌਤ ਦੇ ਵਿੱਚ ਵੀ ਆਨੰਦ ਲੱਗੇਗਾ। ਕੁਝ ਵਿਦਵਾਨਾਂ ਦੀ ਰਾਏ ਹੈ ਕਿ ਮੌਤ ਜਿਹੜੀ ਹੈ ਕਈ ਤਰ੍ਹਾਂ ਦੀ ਹੈ, ਇੱਕ ਹੁੰਦੀ ਆਰਥਿਕ ਮੌਤ, ਇੱਕ ਹੁੰਦੀ ਹੈ ਸਮਾਜਿਕ ਮੌਤ, ਇੱਕ ਹੁੰਦੀ ਹੈ ਰਾਜਨੀਤਿਕ ਮੌਤ, ਇੱਕ ਹੁੰਦੀ ਹੈ ਬੌਧਿਕ ਮੌਤ ਤੇ ਇੱਕ ਹੁੰਦੀ ਹੈ ਮਾਨਸਿਕ ਮੌਤ। ਕੁਝ ਵਿਦਵਾਨਾਂ ਨੇ ਇਹ ਪੰਜ ਤਰ੍ਹਾਂ ਦੀ ਮੌਤ ਦਾ ਜ਼ਿਕਰ ਕੀਤਾ ਹੈ। ਆਰਥਿਕ ਮੌਤ ਕਿਹਨੂੰ ਕਹਿੰਦੇ? ਆਰਥਿਕ ਕਹਿੰਦੇ ਕਿ ਆਰਥਿਕ ਤੌਰ 'ਤੇ ਬੰਦੇ ਦੇ ਕੋਲ ਧਨ ਸਾਰਾ ਖੁੱਸ ਜਾਵੇ, ਉਹ ਧਿਰ ਧਿਰ ਦਾ ਕਰਜ਼ਾਈ ਹੋ ਜਾਵੇ, ਉਹਨੇ ਲੈਣਾ ਕਿਸੇ ਕੋਲੋਂ ਨਾ ਹੋਵੇ ਅਤੇ ਦੇਣਾ ਸਾਰਿਆਂ ਦਾ ਹੀ ਹੋਵੇ, ਬੰਦੇ ਦਾ ਦਿਵਾਲੀਆ ਨਿਕਲ ਜਾਵੇ, ਉਹਨੂੰ ਕਹਿੰਦੇ ਇਹਦੀ ਆਰਥਿਕ ਮੌਤ ਹੋ ਗਈ ਹੈ। ਅਤੇ ਅੱਜ ਆਪਾਂ ਦੇਖਦੇ ਹਾਂ ਕੋਈ ਐਸਾ ਦਿਨ ਨਹੀਂ ਜਿਹਦੇ ਸਾਡਾ ਹਰ ਇੱਕ ਕਿਸਾਨ ਵੀਰ ਜਿਹੜਾ ਵਾ ਉਹਨੇ ਗਲ ਦੇ ਵਿੱਚ ਮੌਤ ਵਾਲਾ ਰੱਸਾ ਨਾ ਪਾਇਆ ਹੋਵੇ, ਕਿਉਂਕਿ ਆਰਥਿਕ ਮੌਤ ਬੰਦੇ ਨੂੰ ਮਰਨ ਵਾਸਤੇ ਮਜਬੂਰ ਕਰ ਦਿੰਦੀ ਹੈ। ਜਦੋਂ ਬੰਦਾ ਆਰਥਿਕ ਤੌਰ 'ਤੇ ਕਮਜ਼ੋਰ ਹੋ ਜਾਂਦਾ ਹੈ ਨਾ, ਆਰਥਿਕ ਤੌਰ 'ਤੇ ਬੰਦਾ ਖਤਮ ਹੋ ਜਾਂਦਾ ਹੈ, ਕਰਜ਼ਾਈ ਹੋ ਜਾਂਦਾ ਹੈ, ਉਹਦੀਆਂ ਤਸਵੀਰਾਂ ਜਦੋਂ ਲੱਗ ਜਾਂਦੀਆਂ ਨੇ ਫਿਰ ਉਹ ਬੰਦਾ ਉਹਨਾਂ ਤਸਵੀਰਾਂ ਵੱਲੇ ਦੇਖਦਾ ਹੈ ਕਿ ਆਰਥਿਕ ਤੌਰ 'ਤੇ ਮੈਂ ਖਤਮ ਹੋ ਗਿਆ ਸੰਸਾਰ ਦੇ ਵਿੱਚ। ਉਹਦੇ ਕੋਲ ਫਿਰ ਸਰੀਰਕ ਮੌਤ ਤੋਂ ਬਿਨਾਂ ਕੋਈ ਬਾਕੀ ਚਾਰਾ ਨਹੀਂ ਰਹਿ ਜਾਂਦਾ। ਪਰ ਇੱਕ ਆਰਥਿਕ ਮੌਤ ਵੱਲੇ ਜਦੋਂ ਦੇਖਦੇ ਹਾਂ ਨਾ ਆਪਾਂ, ਉਸ ਗੁਰੂ ਦੇ ਸਿੱਖ ਹੈ ਜਿਹਦਾ ਉਹਦੀ ਆਰਥਿਕ ਮੌਤ ਨੂੰ ਕਬੂਲਿਆ ਨਹੀਂ, ਉਹ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਤੇ ਕੀ ਉਹ ਸੋਹਲੇ ਗਾਉਂਦਾ ਹੈ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਕਮਾਲ ਦੀ ਗੱਲ ਹੈ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਉਹਨੇ ਸਿੱਖ ਨੂੰ ਦੱਸਿਆ ਕਿ ਤੇਰਾ ਆਰਥਿਕ ਤੌਰ 'ਤੇ ਦੀਵਾਲੀਆ ਕਿੰਨਾ ਵੀ ਨਿਕਲ ਜਾਵੇ
ਇੱਥੇ ਤੇ ਅਸੀਂ ਆਰਥਿਕ ਤੌਰ 'ਤੇ ਮੌਤ ਆਪਣੀ ਆਪ ਸਹੇੜਦੇ ਹਾਂ। ਮੈਂ ਥੋੜ੍ਹਾ ਜਿਹਾ ਅੱਜ ਦੇ ਸਮੇਂ ਦੇ ਵਿੱਚ ਜਾਵਾਂ ਕਿ ਆਰਥਿਕ ਮੌਤ ਬੰਦੇ ਦੀ ਕਦੋਂ ਆਉਂਦੀ ਹੈ। ਜਦੋਂ ਘਰ ਦੇ ਵਿੱਚ ਆਪਾਂ ਕੋਈ ਵਿਆਹ ਰੱਖਦੇ ਹਾਂ ਨਾ, ਭਾਵੇਂ ਕਿ ਵਿਸ਼ਾ ਮੇਰਾ ਨਹੀਂ ਪਰ ਆਰਥਿਕ ਮੌਤ ਦੇ ਸੰਬੰਧ ਵਿੱਚ ਮੈਂ ਚਾਹੁੰਦਾ ਕਿ ਆਪਾਂ ਥੋੜ੍ਹੀ ਜਿਹੀ ਵਿਚਾਰ ਕਰ ਲਈਏ ਕਿ ਆਰਥਿਕ ਮੌਤ ਹੁੰਦੀ ਕਿਵੇਂ ਹੈ। ਆਪਾਂ ਵਿਆਹ ਰੱਖਦੇ ਹਾਂ ਅਤੇ ਨਾਲ 'ਚ ਮੇਰੀ ਭੈਣ ਹੀ ਚਾਹੁੰਦੀ ਹੈ ਵੀ 2000 ਤੋਂ ਘੱਟ ਸੂਟ ਹੋਵੇ ਅਤੇ ਨਾ ਅਸੀਂ ਚਾਹੁੰਦੇ ਹਾਂ ਵੀ ਸਾਡਾ ਵੀ ਚੰਗਾ ਵਧੀਆ ਕੱਪੜਾ ਲੀੜਾ ਹੋਵੇ। ਭਾਵੇਂ ਘਰ ਦੇ ਵਿੱਚ ਜੁੱਤੀਆਂ ਜੋੜੀਆਂ ਦੇ ਜਿੰਨੇ ਮਰਜ਼ੀ ਪਏ ਹੁਣ ਸੈੱਟ, ਪਰ ਫਿਰ ਵੀ ਕਹਿੰਦੇ ਵੀ ਆਪਾਂ ਵਿਆਹ ਜਾਣਾ ਅਤੇ ਨਵਾਂ ਸੂਟ ਚਾਹੀਦਾ। ਭਾਵੇਂ ਵਿਆਹ ਤੋਂ ਵਿਆਹ 'ਤੇ ਪਹਿਲਾਂ ਭਾਵੇਂ 4000 ਦਾ 5000 ਦਾ ਸੂਟ ਲਿਆਂਦਾ ਹੋਵੇ ਨਾ, ਅਤੇ ਆਪਾਂ ਕਹੀਏ ਘਰ ਵਿੱਚ ਸੂਟ ਹੈਗਾ ਹੈ, ਕਹਿੰਦੇ ਨਹੀਂ ਆਪਾਂ ਫਲਾਣੇ ਦੇ ਵਿਆਹ 'ਤੇ ਸਾਰਿਆਂ ਨੇ ਦੇਖਿਆ ਹੈ ਅਤੇ ਕੀ ਕਹਿਣਗੇ, ਉਹੀ ਫਿਰ ਪਾ ਲਿਆ। ਆਰਥਿਕ ਮੌਤ ਕਿਵੇਂ ਹੁੰਦੀ ਹੈ? ਨਹੀਂ ਆਪਾਂ ਇਹ ਸੂਟ 'ਤੇ ਸਾਰਿਆਂ ਨੇ ਦੇਖਿਆ ਹੈ, ਆਪਾਂ ਨਵਾਂ ਲੈ ਕੇ ਆਈਏ ਉਹਦੇ ਵਿਆਹ ਦੇ ਵਿੱਚ, ਜਿੰਨੀ ਚਿਰ ਆਪਾਂ ਉਸ ਵਿਆਹ ਦੇ ਵਿੱਚ 3-4 ਵਾਰੀ ਸੂਟ ਨਵੇਂ ਬਦਲ ਨਹੀਂ ਲੈਂਦੇ। ਇਲੈਕਸ਼ਨ ਦੇ ਟਾਈਮ 'ਤੇ ਵੱਧ ਤੋਂ ਵੱਧ ਜ਼ੋਰ ਲਾਇਆ ਜਾਂਦਾ ਹੈ, ਪਰ ਜਦੋਂ ਰਾਜਨੀਤਿਕ ਤੌਰ 'ਤੇ ਉਹ ਹਾਰ ਜਾਵੇ ਉਹ ਇਲੈਕਸ਼ਨ, ਫਿਰ ਆਪਾਂ ਦੇਖਦੇ ਜਿਹੜੇ ਲੀਡਰਾਂ ਦੀਆਂ ਰੋਜ਼ਾਨਾ ਅਖਬਾਰਾਂ ਦੇ ਵਿੱਚ ਸੁਰਖੀਆਂ, TV 'ਤੇ ਸੁਰਖੀਆਂ, ਚੈਨਲਾਂ 'ਤੇ ਸੁਰਖੀਆਂ, ਉਹ ਫਿਰ ਬੰਦ ਜਿਹੀਆਂ ਪੈ ਜਾਂਦੀਆਂ। ਉਹਨੂੰ ਕਹਿੰਦੇ ਰਾਜਨੀਤਿਕ ਤੌਰ 'ਤੇ ਇਹਦੀ ਮੌਤ ਹੋ ਗਈ। ਇੱਕ ਮਾਨਸਿਕ ਮੌਤ, ਸਾਡੇ ਮਨ ਦੇ ਅੰਦਰ ਇੱਕ ਸਕਿੰਟ ਦੇ ਵਿੱਚ ਕਈ ਤਰ੍ਹਾਂ ਦੇ ਫੁਰਨੇ ਉੱਠਦੇ ਆ, ਸਾਡਾ ਮਨ ਜਿਹੜਾ ਕਈ ਤਰ੍ਹਾਂ ਦੇ ਫੁਰਨੇ ਜਿਹੜੇ ਲੈ ਕੇ ਉੱਠਦਾ ਹੈ। ਜਦੋਂ ਮਨ ਦੇ ਅੰਦਰ ਸਾਰੇ ਫੁਰਨੇ ਸਿਮਟ ਜਾਣ, ਮਨ ਟਿਕਾ ਦੇ ਵਿੱਚ ਆ ਜਾਵੇ, ਮਨ ਸ਼ਬਦ ਵਿੱਚ ਲੀਨ ਹੋ ਜਾਵੇ, ਉਹਨੂੰ ਕਹਿੰਦੇ ਮਾਨਸਿਕ ਮੌਤ ਹੋ ਗਈ। ਇਹਦਾ ਮਨ ਗੁਰੂ ਸ਼ਬਦ ਵਿੱਚ ਟਿਕ ਗਿਆ, ਮਨ ਜੀਤਾ ਜਗ ਜੀਤ, ਇਹਦਾ ਮਨ ਸ਼ਬਦ ਦੇ ਵਿੱਚ ਸਮਾ ਗਿਆ। ਇੱਕ ਹੈ ਸਾਡੀ ਸਰੀਰਕ ਮੌਤ, ਇਹ ਰੋਜ਼ਾਨਾ ਸਾਡੀ ਹੋ ਰਹੀ ਹੈ, ਇੱਕ ਇਹ ਵੀ ਹੋ ਰਹੀ ਹੈ। ਸਾਹਿਬ ਕਹਿੰਦੇ ਦਿਲ 'ਤੇ ਪਹਿਰ, ਪਹਿਰ 'ਤੇ ਘਰੀਆਂ, ਆਪ ਘਟੇ ਤਨ ਸਿੰਝੈ, ਕਾਲ ਅਹੀਰੀ ਫਿਰੈ ਬਦਕ ਜਿਉ, ਕਹੋ ਕਵਣ ਬਿਦ ਕੀਜੈ, ਦਿਲ ਕਰਕੇ, ਪਲ ਕਰਕੇ, ਹਰ ਘੜੀ ਕਰਕੇ, ਸਵਾਸ ਕਰਕੇ ਤੇਰੀ ਮੌਤ ਹੋ ਰਹੀ। ਇੱਕ ਮੌਤ ਦਾ ਮੈਂ ਹੋਰ ਜ਼ਿਕਰ ਕਰਨਾ ਚਾਹੁੰਦਾ, ਜਿਹੜੀ ਜਾਂਦਾ ਅਸੀਂ ਘਰਾਂ ਦੇ ਵਿੱਚ ਸਹੇੜੀ ਹੈ, ਉਹ ਮੌਤ ਕਿਹੜੀ ਹੈ? ਉਹ ਹੈ ਸਾਡੇ ਘਰਾਂ ਦੇ ਵਿੱਚ ਜਿਹੜੇ ਅਸੀਂ ਭਾਂਡੇ ਵਰਤਦੇ ਹਾਂ ਨਾ, ਇੱਕ ਸਟੀਲ, ਇੱਕ ਸਾਡੇ ਘਰਾਂ ਦੇ ਅੰਦਰ ਭਾਂਡੇ ਜਿਹੜੇ ਅਸੀਂ ਵਰਤਦੇ, ਸਟੀਲ ਦੇ ਸਾਡਾ ਜਿਹੜਾ ਇੰਨਾ ਕੁ ਬੇੜਾ ਗਰਕ ਕੀਤਾ ਅਤੇ ਸਿਲਵਰ ਨੇ, ਆ ਜਿਹੜੀ ਸਾਨੂੰ ਗੋਡਿਆਂ ਦੀ ਪ੍ਰੋਬਲਮ ਅਤੇ ਨਿਗਾਹ ਦੀ ਪ੍ਰੋਬਲਮ ਅਤੇ ਕੈਂਸਰ ਦੀ ਬਿਮਾਰੀ ਹੈ ਨਾ, ਇਹ ਸਿਲਵਰ ਦੇ ਭਾਂਡਿਆਂ ਤੋਂ ਸ਼ੁਰੂ ਹੋਈ ਹੈ। ਜਿਹੜੇ ਅਸੀਂ ਘਰਾਂ ਦੇ ਵਿੱਚ ਸਿਲਵਰ ਵਾੜਦੇ ਹਾਂ, ਇਹ ਅਸੀਂ ਮੌਤ ਆਪ ਸਹੇੜੀ ਹੈ। ਕਿ ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਸਾਡੇ ਵੱਡੇ ਵਡੇਰੇ ਬਜ਼ੁਰਗ ਸਰਬਲੋਹਾ ਵਰਤਦੇ ਸੀ ਜਾਂ ਮਿੱਟੀ ਦੇ ਬਰਤਨ ਵਰਤਣੇ, ਅੱਜ ਮਿੱਟੀ ਦੇ ਬਰਤਨ ਵੀ ਸਾਡੇ ਘਰਾਂ 'ਚੋਂ ਨਿਕਲ ਗਏ, ਸਰਬਲੋਹਾ ਵੀ ਨਿਕਲ ਗਿਆ, ਤਾਂਬਾ ਵੀ ਨਿਕਲ ਗਿਆ, ਕਹਿ ਵੀ ਨਿਕਲ ਗਿਆ, ਪਿੱਤਲ ਵੀ ਨਿਕਲ ਗਿਆ, ਅਤੇ ਅਸੀਂ ਵਰਤਣਾ ਸ਼ੁਰੂ ਕਰ ਦਿੱਤਾ ਹੁਣ ਜਿਹੜਾ ਸੀ ਸਟੀਲ, ਇਹ ਜਿਹੜਾ ਸੀ ਇਹਨੇ ਸਾਡਾ ਜਿਹੜਾ ਸੀ ਬੇੜਾ ਗਰਕ ਕਰਨਾ ਸ਼ੁਰੂ ਕਰ ਦਿੱਤਾ। ਉਸ ਉਹ ਘਸ ਘਸ ਕੇ ਸਾਡੇ ਅੰਦਰ ਜਾ ਕੇ ਉਹਦੇ ਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਸੀ ਉਹ ਆਰੰਭ ਹੋ ਗਈਆਂ, ਕਿ ਅਸੀਂ ਨਿੱਤ ਦੀ ਬਿਮਾਰੀ ਆਪ ਸਹੇੜੀ ਹੈ। ਉਹ ਕਹਿੰਦਾ ਸੀ ਜੇ ਅਸੀਂ ਇਹਨੂੰ ਸ਼ਟੀਲ ਨੂੰ
ਬੰਦ ਲਾਦਾ ਕੀਤਾ। ਅਤੇ ਯਾਦ ਰੱਖਿਓ ਕਿ ਜਿਹੜੇ ਅਸੀਂ ਘਰਾਂ ਦੇ ਵਿੱਚ ਐਸੇ ਭਾਂਡੇ ਸਿਲਵਰ ਦੇ ਵਰਤਦੇ ਹੈ, ਸਟੀਲ ਦੇ ਵਰਤਦੇ ਹੈ, ਇਹਦਾ ਇੰਨਾ ਮਾੜਾ ਅਸਰ ਪੈਣਾ। ਇਹ ਹੁਣ ਆਪਾਂ ਦੇਖਣਾ ਹੈ ਕਿ ਇਹ ਜਿਹੜੀ ਮੌਤ ਅਸੀਂ ਆਪ ਸਹੇੜੀਏ ਤੋਂ ਬੰਦ ਕਿਵੇਂ ਕਰਨੀ। ਗੁਣ ਕੇ ਤੇਰੀ ਜ਼ਿੰਦਗੀ ਰੋਜ਼ਾਨਾ ਘੱਟਦੀ ਜਾ ਰਹੀ ਹੈ, ਮਰਨ ਲਿਖਾਏ ਮੰਡਲ ਮੈਂ ਆਏ। ਅਸਲ ਦੇ ਵਿੱਚ ਮੌਤ ਵਾਲਾ ਤੂੰ ਲੇਖ ਲਿਖਾ ਕੇ ਹੀ ਸੰਸਾਰ 'ਤੇ ਆਇਆ ਸੀ। ਲੱਗੇ ਅੱਜ ਇਸ ਸਰੀਰ ਨੂੰ ਬੜਾ ਪਾਲਦਾ ਪੋਸਦਾ ਹੈ, ਜਿਸ ਸਰੀਰ ਵਾਸਤੇ ਬੜੇ ਜਫ਼ਰ ਜਾਲਦਾ ਹੈ, ਬੜੀਆਂ ਠੱਗੀਆਂ ਠੋਰੀਆਂ ਮਾਰਦਾ ਹੈ, ਕਈ ਤਰ੍ਹਾਂ ਦੀਆਂ ਕਰੀਮਾਂ, ਕਈ ਤਰ੍ਹਾਂ ਦੇ ਸਾਬਣ ਜਿਹੜੇ ਵਰਤਦਾ ਹੈ। ਯਾਦ ਰੱਖੀ ਇਹਦੀ ਪਾਇਆ ਕਾਹਦਾ ਕਰਕੇ, ਇਹ ਕਿੰਨੀ ਕੁ ਦੇਰ ਸਰੀਰ ਹੈ, ਕਾਹਦਾ ਕਰਕੇ ਇਹ ਸੰਸਾਰ 'ਤੇ ਚੱਲਦਾ ਪਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਹੈ ਸ੍ਰੀ ਰਾਗ ਦੇ ਅੰਦਰ, ਕਹਿਣ ਲੱਗੇ ਚਿੱਚਰ ਵਸੇ ਸਹੇਲੜੀ ਜਿੱਚਰ ਸਾਥੀ ਨਾਲ। ਸਹੇਲੜੀ ਦਾ ਅਰਥ ਹੁੰਦਾ ਹੈ ਇਹ ਕਾਇਆ। ਕਹਿਣ ਲੱਗੇ ਇਹ ਮੇਰੀ ਸਹੇਲੀ, ਇਹ ਮੇਰੀ ਕਾਇਆ, ਅਸਲ ਦੇ ਵਿੱਚ ਤੇਰਾ ਓਨੀ ਦੇਰ ਤੱਕ ਇੱਥੇ ਵਜੂਦ ਹੈ ਜਿੰਨੀ ਦੇਰ ਤੱਕ ਤੇਰਾ ਸਾਥੀ ਜੀਵ ਆਤਮਾ ਤੇਰੇ ਅੰਦਰ ਵਰਤਦਾ ਪਿਆ। ਟਿੱਚਰ ਵਸੇ ਸਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨਖਾ ਕੂੜਾਨ। ਜਿਸ ਸਰੀਰ ਨਾਲ ਵੇਖੋ ਕਿੰਨਾ ਮੋਹ ਕਰਦੇ ਸੀ, ਕਿਤੇ ਢਿੱਲ ਮੱਠ ਪੈ ਜਾਵੇ, ਕੋਈ ਬਿਮਾਰ ਹੋ ਜਾਵੇ, ਆਪਾਂ ਲੱਖਾਂ ਰੁਪਈਆ ਲੈ ਕੇ ਮਗਰ ਫਿਰਦੇ ਹਾਂ ਵੀ ਕਿਸੇ ਤਰੀਕੇ ਨਾਲ ਬਚ ਜਾਵੇ, ਠੀਕ ਹੋ ਜਾਵੇ। ਅਤੇ ਜਿਹੜੇ ਸਰੀਰ ਦੇ ਪਿੱਛੇ ਆਪਾਂ ਲੱਖਾਂ ਰੁਪਈਆ ਲੈ ਕੇ ਫਿਰਦੇ ਵੀ ਇਹ ਠੀਕ ਹੋ ਜਾਵੇ, ਇਹ ਬਚ ਜਾਵੇ, ਤੰਦਰੁਸਤੀ ਹੋ ਜਾਵੇ, ਜਦੋਂ ਉਹਦੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਆ ਤਾਂ ਉਸੇ ਸਰੀਰ 'ਤੇ ਵੇਖ ਲਓ ਫਿਰ ਆਪਾਂ ਆਪ ਕੀ ਆ, ਬਾਲਣੇ ਦੇ ਸਿਰ ਵਾਲੇ ਪਾਸੇ ਵੀ ਲਾ ਦਿਓ, ਮੁੱਢੀ ਪੈਰਾਂ ਵਾਲੇ ਪਾਸੇ ਵੀ ਲਾ ਦਿਓ, ਕਿਤੇ ਰਹਿ ਨਾ ਜਾਵੇ ਕਿਤੇ। ਸਰੀਰ ਉਹੀ ਹੈ, ਅੰਦਰ ਸਵਾਸ ਚੱਲਦੇ ਸੀ, ਇਹਦੀ ਕੀਮਤ ਸੀ ਕਿ ਆਪਾਂ ਲੱਖਾਂ ਰੁਪਈਆ ਇਸ ਸਰੀਰ ਤੱਕ ਲਾ ਰਹੇ ਸੀ ਵੀ ਇਹ ਵੱਧ ਜਾਵੇ ਕਿਸੇ ਤਰ੍ਹਾਂ। ਟਿੱਚਰ ਵਸੇ ਸਹੇਲੜੀ ਜਿੱਚਰ ਸਾਥੀ ਲਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ ਰਹਾਓ, ਜਿੱਚਰ ਵਸਿਆ ਕੰਤ ਘਰ। ਘਰ ਕੀ ਹੈ ਸਰੀਰ, ਕੰਤ ਕੀ ਹੈ ਜੀਓ ਆਤਮਾ। ਕਹਿੰਦੇ ਜਿੰਨੀ ਦੇਰ ਤੱਕ ਇਸ ਸਰੀਰ ਉੱਤੇ ਘਰ ਦੇ ਅੰਦਰ ਜੀਓ ਆਤਮਾ ਕੰਤ ਵੱਸਦਾ ਸੀ, ਉਹ ਮਾਂ ਜਾਂ ਤਾਂ ਡਿਊਟੀ 'ਤੇ ਹੈ, ਡਿਊਟੀ ਤੋਂ ਆ ਕੇ ਫੋਨ 'ਤੇ ਨੈੱਟ 'ਤੇ ਲੱਗੀ ਹੈ, ਬੱਚਾ ਲਾ ਕੇ ਰੋਂਦਾ ਅਤੇ ਕੰਮ ਵਾਲੀ ਸੰਭਾਲੇ। ਇਹਦਾ ਅੰਤ ਜਿਹੜਾ ਨਿਕਲਦਾ ਉਹ ਦੇਖਿਓ ਤੁਸੀਂ, ਅੱਜ ਬੱਚਾ ਰੋਂਦਾ ਹੈ, ਮਾਂ ਫੋਨ 'ਤੇ ਲੱਗੀ ਹੈ, ਕੱਲ੍ਹ ਨੂੰ ਮਾਂ ਨੇ ਬਜ਼ੁਰਗ ਹੋਣਾ ਹੈ, ਮਾਂ ਨੇ ਰੋਣਾ ਅਤੇ ਬੱਚੇ ਨੇ ਫੋਨ 'ਤੇ ਲੱਗੀ ਹੋਣਾ। ਇਹਦਾ ਭਵਿੱਖ ਜਿਹੜਾ ਅੰਤ ਜਿਹੜਾ ਇਹ ਇੱਥੇ ਜਾ ਕੇ ਹੋਣਾ ਹੈ, ਅੱਜ ਤਾਂ ਬੱਚਾ ਰੋ ਰਿਹਾ ਅਤੇ ਮਾਂ ਮੋਬਾਈਲ 'ਤੇ ਲੱਗੀ ਹੈ, ਕੱਲ੍ਹ ਨੂੰ ਯਾਦ ਰੱਖਿਓ ਉਹੀ ਮੋਬਾਈਲ ਬੱਚੇ ਦੇ ਹੱਥ ਵਿੱਚ ਹੋਵੇਗਾ ਅਤੇ ਮਾਂ ਰੋਵੇਗੀ, ਬੱਚਾ ਮੋਬਾਈਲ 'ਤੇ ਲੱਗਾ ਹੋਵੇਗਾ। ਇਹ ਸਮਾਂ ਬਣਦਾ ਜਾ ਰਿਹਾ, ਅਸੀਂ ਦੇਖਦੇ ਪਏ ਹਾਂ, ਇਹ ਸ਼ੁਰੂਆਤ ਅਸੀਂ ਕੀਤੀ ਹੈ, ਇਹਦਾ ਅੰਤ ਵੀ ਸਾਡੇ 'ਤੇ ਨਿਬੜਨਾ ਹੈ, ਕਿਉਂਕਿ ਅੱਜ ਅਸੀਂ ਸੇਵਾ ਕਰਕੇ ਖੁਸ਼ ਨਹੀਂ। ਯਾਦ ਰੱਖਿਓ ਗੁਰਮੁਖੋ, ਕਈ ਵਾਰੀ ਆਪਾਂ ਨਾ ਬਜ਼ੁਰਗਾਂ ਤੋਂ ਗੱਲਾਂ ਸੁਣੀ ਦੀਆਂ ਕਿ ਜੇ ਪੁੱਤੋ ਤੁਸੀਂ ਸਾਡੀ ਬੱਚਿਓ ਸੇਵਾ ਕਰੋਗੇ ਗਾਹ ਤੁਹਾਡੀ ਵੀ ਸੇਵਾ ਹੋ ਜਾਵੇਗੀ, ਜੇ ਤੁਸੀਂ ਸਾਡੀ ਸੇਵਾ ਨਾ ਕੀਤੀ ਤਾਂ ਤੁਸੀਂ ਵੀ ਆਸ ਨਾ ਰੱਖਿਓ। ਅਸੀਂ ਕਈ ਵਾਰੀ ਹੱਸਣਾ ਕਿ ਬਾਪੂ ਇਹ ਕੀ ਗੱਲ ਕਹਿੰਦਾ ਹੈ, ਪਰ ਅੱਜ ਇਹ ਗੱਲਾਂ ਵਾਕਈ ਸੱਚ ਹੈ, ਜੇ ਬਜ਼ੁਰਗਾਂ ਦੀ ਸੇਵਾ ਕਰੋਗੇ ਤਾਂ ਵਾਕਿਆ ਤੁਹਾਡੀ ਸੇਵਾ ਹੋਵੇਗੀ, ਤੁਹਾਡੇ ਬੱਚਿਆਂ 'ਤੇ ਅਸਰ ਜਾਵੇਗਾ ਇਸ ਚੀਜ਼ ਦਾ ਜ਼ਰੂਰ। ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕੀਤੀ ਹੈ ਨਾ,
ਬਾਬੇ ਦਾ ਸਿਧਾਂਤ, ਗੁਰੂ ਨਾਨਕ ਸਾਹਿਬ ਦਾ ਸਿਧਾਂਤ ਇਹੀ ਸੀ, ਪਰ ਅਸੀਂ ਉਹਨੂੰ ਸਮਝਿਆ ਨਹੀਂ। ਗੁਰੂ ਨਾਨਕ ਸਾਹਿਬ ਜਿਹੜਾ ਮਿਸ਼ਨ ਲੈ ਕੇ ਆਏ ਸੀ ਨਾ, ਉਹ ਮਿਸ਼ਨ ਇਹੀ ਸੀ। ਜਿਸ ਦਿਨ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਬਾਬਾ ਪਹਿਲੀ ਫੇਰੀ ਨੂੰ ਚੱਲਦਾ ਏ, ਉਹ ਪਹਿਲੀ ਫੇਰੀ ਦੇ ਅੰਦਰ ਜਿਹੜੀ ਸੀ ਉਹਨਾਂ ਦਾ ਪ੍ਰਚਾਰਕ ਦੌਰਾ ਸੀ, ਉਹਦੇ ਵਿੱਚ ਇੱਕ ਮਿਸ਼ਨ ਲੈ ਕੇ ਚੱਲੇ ਸੀ। ਉਹ ਮਿਸ਼ਨ ਸੀ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਲ। ਗੁਰੂ ਨਾਨਕ ਸਾਹਿਬ ਇੱਕ ਮਿਸ਼ਨ ਲੈ ਕੇ ਚੱਲੇ ਸੀ ਕਿ ਹਰ ਘਰ ਧਰਮਸ਼ਾਲਾ ਬਣ ਜਾਵੇ, ਹਰ ਘਰ ਦੇ ਅੰਦਰੋਂ ਧਰਮ ਦੇ ਨਾਂ ਦੀ ਆਵਾਜ਼ ਆਵੇ, ਹਰ ਘਰ ਦੇ ਅੰਦਰੋਂ ਕਿ ਅਸੀਂ ਜਾ ਕੇ ਕਹਿੰਦੇ ਭਾਈ ਜੀ ਸਪੀਕਰ ਬੰਦ ਕਰ ਦਿਓ, ਬੱਚੇ ਬੜੇ ਪਰੇਸ਼ਾਨ ਹੈ। ਜੇ ਵਿਆਹ ਦਾ ਡੀਜੇ ਚੱਲਦਾ ਹੋਵੇ ਤੇ ਕਿਤੇ ਪਰਿਵਾਰ ਨੂੰ ਜਾ ਕੇ ਕਹਿ ਦਿਓ, ਕਹਿੰਦੇ ਸਾਡਾ ਤੇ ਖੁਸ਼ੀ ਦਾ ਮਾਹੌਲ ਹੈ, ਤੁਹਾਡੇ ਬੱਚੇ ਪੜ੍ਹਨ ਚਾਹੇ ਨਾ ਪੜ੍ਹਨ, ਅਸੀਂ ਤੇ ਦੋ ਦਿਨ ਡੀਜੇ ਚਲਾਉਣਾ ਹੀ ਹੈ, ਗੁਰਬਾਣੀ ਸਾਡੇ ਕੰਨਾਂ ਨੂੰ ਖਾਂਦੀ ਹੈ, ਡੀਜੇ ਨਹੀਂ ਖਾਂਦਾ। ਜਿੱਥੇ ਲਚਕ ਗੀਤ ਚੱਲਦੇ ਆ ਨਾ, ਉੱਥੇ ਸਾਡੇ ਕੰਨਾਂ ਨੂੰ ਸਕੂਨ ਮਿਲਦਾ ਹੈ। ਖੈਰ ਗੁਰਮੁਖੋ, ਅੱਜ ਹਾਲਾਤ ਜਿਹੜੇ ਕਿ ਜਦੋਂ ਜੀਵ ਆਤਮਾ ਸਰੀਰ ਦੇ ਅੰਦਰ ਵੱਸਦਾ ਸੀ, ਮਾਤਾ ਜੋਗਿੰਦਰ ਕੌਰ ਜੀ ਜਿਹੜੇ ਵੀ ਪੁੱਤ ਵੱਲੇ ਜਾਂਦੇ ਸੀ ਉਹ ਕਹਿੰਦੇ ਸੀ ਵੀ ਜੀਵ ਆਇਆ ਮਾਤਾ ਜੀ ਬੈਠੋ ਤੁਸੀਂ ਰਹੋ, ਅੱਜ ਨਹੁਆ ਕਹਿੰਦੀਆਂ ਸੀ, ਪੋਤਰੇ ਕਹਿੰਦੇ ਸੀ ਵੀ ਰਹੋ ਤੁਸੀਂ ਕੀ ਕਰਨਾ ਹੈ, ਹੁਣ ਅਸੀਂ ਵੀ ਮਹੀਨਾ ਅਸੀਂ ਵੀ ਸੇਵਾ ਕਰ ਲਈਏ। ਪਰ ਯਾਦ ਰੱਖਿਓ, ਜਿਸ ਦਿਨ ਉਸੇ ਸਰੀਰ ਦੇ ਅੰਦਰੋਂ ਜੀਵ ਆਤਮਾ ਨਿਕਲ ਗਿਆ, ਜਿੱਚਰ ਵਸਿਆ ਕੰਤ ਘਰ ਜੀਓ ਜੀਓ ਸਭ ਘਰ, ਕੋਈ ਨਾ ਪੁੱਛੇ ਤੇਰੀ ਬਾਤ, ਬਸ ਉਸ ਸਰੀਰ ਉਹੀ ਸੀ। ਜਦੋਂ ਵਿੱਚੋਂ ਜੀਵ ਆਤਮਾ ਨਿਕਲ ਗਿਆ, ਉਸੇ ਸਰੀਰ ਨੂੰ ਫੱਟੇ 'ਤੇ ਪਾਇਆ ਹੈ, ਅਤੇ ਕਦੀ ਕਿਸੇ ਨੇ ਕਿਹਾ ਵੀ ਇਹ ਫੱਟਾ ਹੁਣ ਸਾਡੇ ਘਰ ਵੀ ਲੈ ਕੇ ਆਓ, ਦੋ ਮਿੰਟ ਇੱਧਰੋਂ ਵੀ ਆਪਾਂ ਫੇਰਾ ਪਵਾ ਕੇ ਲੈ ਚੱਲੀਏ, ਬੜਾ ਪਿਆਰ ਸੀ ਸਾਡੇ ਨਾਲ ਮਾਤਾ ਦਾ, ਇਹ ਫੱਟਾ ਇੱਧਰ ਵੀ ਲੈ ਕੇ ਆਓ। ਨਹੀਂ, ਉਦੋਂ ਤਾਂ ਦਰਵਾਜ਼ੇ ਬੰਦ ਕਰ ਦਿੱਤੇ, ਬੱਚਿਆਂ ਨੂੰ ਬਾਹਾਂ ਤੋਂ ਫੜ ਕੇ ਪਿੱਛੇ ਕਰ ਦਿੱਤਾ, ਦੇਖਿਓ ਕਿਤੇ ਪਰਛਾਵਾ ਨਾ ਪੈ ਜਾਵੇ, ਭੂਤ ਜਾਂਦਾ ਇਹ, ਕਿਤੇ ਪਰਛਾਵਾ ਨਾ ਪੈ ਜਾਵੇ, ਸਰੀਰ ਉਹੀ ਹੈ। ਪਰ ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਇਹ ਮੌਤ ਵਾਲਾ ਸਮਾਂ ਸਾਡੇ ਸਾਰਿਆਂ 'ਤੇ ਹੀ ਹੈ, ਜਿਹੜੇ ਤਾਂ ਜ਼ਿੰਦਗੀ ਦੇ ਵਿੱਚ ਕਮਾਈ ਕਰਕੇ ਜਾਂਦੇ ਨਾ, ਜਿਸ ਵਾਸਤੇ ਸੰਸਾਰ 'ਤੇ ਆਏ ਸੀ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਕਿ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਜਾਣਾ ਸਾਰਿਆਂ ਨੇ ਸੰਸਾਰ ਤੋਂ ਹੈ, ਪਰ ਇੱਕ ਗੱਲ ਯਾਦ ਰੱਖਿਓ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਇੱਥੇ ਕਮਾ ਕੇ ਗਏ ਨੇ, ਜਦੋਂ ਉਹ ਸੰਸਾਰ ਤੋਂ ਜਾਂਦੇ ਹੈ, ਉਹ ਜਿੱਥੇ ਉਹਨਾਂ ਦੇ ਸੰਸਕਾਰ ਕੀਤੇ ਜਾਂਦੇ, ਉੱਥੋਂ ਦੀ ਆਪਾਂ ਧੂੜੀ ਵੀ ਮੱਥੇ 'ਤੇ ਲਾਉਣੀ ਹੈ। ਅਤੇ ਜਿੱਥੇ ਕੋਈ ਮਾਇਆਧਾਰੀ ਬੰਦਾ ਜਾਂ ਜਿਹਨੇ ਸਾਰੀ ਜ਼ਿੰਦਗੀ ਆਪਣੀ ਕੇਵਲ ਸੰਸਾਰ ਵਾਲੇ ਪਾਸੇ ਧੰਦਿਆਂ 'ਚ ਹੀ ਗੁਜ਼ਾਰ ਦਿੱਤੀ, ਕਿਤੇ ਉਹ ਤੁਰ ਜਾਵੇ, ਉਹਦਾ ਰਾਤ ਨੂੰ ਕਿਤੇ ਸੁਪਨਾ ਵੀ ਆ ਜਾਵੇ ਅਤੇ ਸਵੇਰੇ ਆਪਾਂ ਤੁਰ ਪੈਂਦੇ ਹਾਂ ਵੀ ਰਾਤੀ ਪਤਾ ਨਹੀਂ ਉਹਦੀ ਆਤਮਾ ਫਿਰਦੀ ਸੀ ਕਿਤੇ ਨੁਕਸਾਨ। ਪਰ ਬਹੁਤ ਘੱਟ ਬਜ਼ੁਰਗ ਜਿਹੜੇ ਹੋਇਆ ਕਰਦੇ ਹੈ, ਜਿਨ੍ਹਾਂ ਦੇ ਪੋਤਾਨ ਪਰਲੋਤੀ ਸੀ, ਮੈਂ ਤਕਰੀਬਨ 5-7 ਸਾਲਾਂ ਦੀ ਗੱਲ ਹੈ ਕਿ ਮਰਸੀਆ ਪਿੰਡ ਦੇ ਵਿੱਚ ਇੱਕ ਅੰਤਮ ਅਰਦਾਸ ਸੀ, ਉਹ ਬਜ਼ੁਰਗ ਮਾਤਾ ਜਿਹੜੀ ਸੀ ਨਾ, ਉਸ ਪਰਿਵਾਰ ਦੇ ਨਾਲ ਮੇਰਾ ਬੜਾ ਪਿਆਰ ਸੀ, ਉਹਨਾਂ ਬੱਚਿਆਂ ਦੇ ਨਾਲ, ਉਹਨਾਂ ਤਕਰੀਬਨ ਗੁਰਦੁਆਰੇ ਸਾਹਿਬ ਆ ਕੇ ਸੇਵਾ ਕਰਦੇ ਸੀ। ਉਸ ਮਾਤਾ ਦੇ ਸੁਭਾਅ ਤੋਂ ਮੈਂ ਬੜਾ ਜਾਣਦਾ ਸੀ, ਜਿਵੇਂ ਜੋਬਨ ਵੀਰ ਨੇ ਦੱਸਿਆ ਵੀ ਮਾਤਾ ਜੀ ਬੜੀ ਰੱਬ ਨੂੰ ਮੰਨਣ ਵਾਲੇ ਸੀ, ਪਰ ਉਸ ਪਰਿਵਾਰ ਦੇ ਵਿੱਚ ਉਹ ਜਿਹੜੀ ਬਜ਼ੁਰਗ ਮਾਤਾ ਦਾ ਭੋਗ ਸੀ ਨਾ, ਕਿਤੇ ਉਹਦੀਆਂ ਨਵਾਂ ਨੇ ਗੁਰਦੁਆਰੇ ਚਲੇ ਜਾਣਾ ਜਾਂ ਗੁਟਕਾ ਸਾਹਿਬ ਫੜ ਲੈਣਾ ਅਤੇ ਉਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ, ਇੱਦਾਂ ਦੀਆਂ ਵੀ ਮਾਈਆਂ ਹੁੰਦੀਆਂ। ਉਸ ਮਾਈ ਨੇ ਬੜੀਆਂ
ਗਾਲਾਂ ਕੱਢਣੀਆਂ, ਮਾੜੇ ਸ਼ਬਦ ਬੋਲਣੇ। ਉਸ ਮਾਤਾ ਦਾ ਮਾਤਾ ਚੜ੍ਹਾਈ ਕਰਕੇ ਅੰਤਿਮ ਅਰਦਾਸ ਸੀ। ਸੁਲਤਾਨਪੁਰ ਬੇਰ ਸਾਹਿਬ ਦਾ ਰਾਗੀ ਜੱਥਾ ਗਿਆ, ਉਸ ਤੋਂ ਬਾਅਦ ਮੈਂ ਕਥਾ ਕਰਨੀ ਸੀ, ਸਾਡੇ ਕੋਈ ਮਨ 'ਤੇ ਕੋਈ ਗੱਲ ਨਹੀਂ। ਹੁਣ ਉਹਨਾਂ ਨੇ ਰਾਗੀ ਜੱਥਾ ਬੰਦ ਕੀਤਾ ਅਤੇ ਉਹ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਨੇ ਮੈਕ ਫੜਦਿਆਂ ਸਰ ਕਹਿੰਦੇ ਵੀ ਇਸ ਪਰਿਵਾਰ ਦੀ ਮਾਂ ਨਹੀਂ, ਅੱਜ ਮੇਰੀ ਮਾਂ ਗਈ ਹੈ। ਇਹ ਮਾਂ ਜਦੋਂ ਵੀ ਆਉਣਾ ਉਦੋਂ ਹੱਥ ਵਿੱਚ ਗੁਟਕਾ ਸਾਹਿਬ ਅਤੇ ਇਹਨੇ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦੀ ਹੋਣਾ। ਮਾਂ ਅਨਪੜ੍ਹ ਸੀ, ਉਹ ਬਿਲਕੁਲ ਬਜ਼ੁਰਗ ਮਾਤਾ, ਉਹ ਮਾਤਾ ਕਦੀ ਪੜ੍ਹੀ ਲਿਖੀ ਨਹੀਂ ਸੀ, ਅਨਪੜ੍ਹ ਸੀ। ਮੈਨੂੰ ਉਸ ਪਰਿਵਾਰ ਬਾਰੇ ਚੰਗੀ ਤਰ੍ਹਾਂ ਪਤਾ ਸੀ, ਪਰ ਉਹ ਸਾਡੇ ਮੰਤਰੀ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿੰਦਾ ਵੀ ਜਦੋਂ ਮੈਂ ਆਉਣਾ ਮਾਤਾ ਨੇ ਸੁਖਮਣੀ ਸਾਹਿਬ ਪੜ੍ਹਦੀ ਹੋਣਾ, ਮਾਤਾ ਤੋਂ ਸੀਸ ਲੈ ਕੇ ਜਾਣਾ, ਬਸ ਫਤਿਹ ਹੋ ਜਾਣੀ। ਮਾਤਾ ਇੰਨੀ ਬਾਣੀ ਪੜ੍ਹਦੀ ਸੀ, ਕਮਾਲ ਹੀ ਕਰ ਦਿੰਦੀ ਸੀ। ਉਸ ਤੋਂ ਬਾਅਦ ਟਾਈਮ ਸੀ ਮੇਰਾ, ਉਹਨਾਂ ਨੇ ਫਤਿਹ ਬੁਲਾਈ, ਮੈਂ ਮੈਕ ਫੜ ਲਿਆ। ਮੈਂ ਕਿਹਾ ਵੀ ਮੰਤਰੀ ਸਾਹਿਬ, ਅਸੀਂ ਤੁਹਾਨੂੰ ਸਤਿਕਾਰ ਨਾਲ ਜਥੇਦਾਰ ਵੀ ਕਹਿੰਦੇ ਹਾਂ, ਆਹ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਸੱਚੋ ਸੱਚ ਦੱਸਿਓ ਮਹਾਰਾਜ ਜੀ ਕਸਮ ਖਾ ਕੇ ਵੀ ਵਾਕਿਆ ਤੁਸੀਂ ਵੇਖਿਆ ਸੁਖਮਣੀ ਸਾਹਿਬ ਕਰਦੀ ਨੂੰ। ਮੈਂ ਤਕਰੀਬਨ ਯਾਦ ਰੱਖਿਓ, ਆਹ ਜਿਹੜੀ ਅੰਤਿਮ ਅਰਦਾਸ ਹੈ ਨਾ, ਇਹਦੇ ਮਤਲਬ ਹੁੰਦਾ ਅਸੀਂ ਨੀਵੇਂ ਹੋ ਕੇ ਬੇਨਤੀ ਕਰਨੀ, ਨਾ ਕਿ ਅਸੀਂ ਪੜੁੱਲ ਬਣ ਦਈਏ, ਨਹੀਂ। ਇਹ ਤਾਂ ਅਸੀਂ ਹਮੇਸ਼ਾ ਜਿਹੜਾ ਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਹੈ ਕਿ ਸਤਿਗੁਰ ਪਾਤਸ਼ਾਹ ਜੀ, ਅਸੀਂ ਇੰਨੇ ਕੁ ਭੁੱਲਾਂ ਕੀਤੀਆਂ ਨੇ ਜ਼ਿੰਦਗੀ ਦੇ ਵਿੱਚ, ਇੰਨੀਆਂ ਗਲਤੀਆਂ ਕੀਤੀਆਂ ਨੇ, ਕਿਉਂਕਿ ਇੱਕ ਗੁਰੂ ਬਖਸ਼ਿੰਦ ਹੈ, ਹਮ ਅਵਗੁਣ ਭਰੇ ਏਕ ਗੁਣ ਡਾਹੀ, ਸਾਡਾ ਸੁਭਾਅ ਬਣ ਚੁੱਕਾ ਹੈ ਅੰਮ੍ਰਿਤ ਛਾੜ ਵਿਖੇ ਵਿਖ ਕਾਹੀ। ਇਹ ਅੰਤਿਮ ਅਰਦਾਸ ਦਾ ਮਤਲਬ ਹੁੰਦਾ, ਕਿਉਂਕਿ ਇਹ ਚੌਥਾ ਪੜਾਅ ਹੈ। ਪਹਿਲਾ ਪੜਾਅ ਸੀ ਸਾਡਾ ਜਨਮ ਸੰਸਕਾਰ, ਇਹ ਆਖਰੀ ਸੰਸਕਾਰ ਹੈ ਵੀ ਅਸੀਂ ਤਿੰਨਾਂ ਸੰਸਕਾਰਾਂ ਵਿੱਚੋਂ ਲੰਘ ਕੇ ਆਏ ਹਾਂ, ਜਨਮ ਸੰਸਕਾਰ, ਉਸ ਤੋਂ ਬਾਅਦ ਸਾਡਾ ਅੰਮ੍ਰਿਤ ਸੰਸਕਾਰ, ਫਿਰ ਆਨੰਦ ਸੰਸਕਾਰ। ਜੋ ਅਸੀਂ ਜ਼ਿੰਦਗੀ ਵਿੱਚ ਸਾਡੀ ਮਾਤਾ ਤੋਂ, ਸਾਡੇ ਬਜ਼ੁਰਗਾਂ ਤੋਂ, ਪਤਾ ਨਹੀਂ ਕੋਈ ਚੰਗੇ ਮੰਡੇ ਕਰਮ ਜਿੰਨੇ ਵੀ ਹੋਏ ਤੁਸੀਂ ਜਾਣਦੇ, ਜਿੱਥੇ ਬਖਸ਼ ਲੈਣਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਇੱਕ ਬੇਨਤੀ ਕਰਨੀ ਹੁੰਦੀ ਹੈ। ਸ਼ਰਧਾਂਜਲੀ ਦਾ ਮਤਲਬ ਕੀ? ਸ਼ਰਧਾਂਜਲੀ ਸ਼ਬਦ ਕਿੱਥੋਂ ਨਿਕਲਿਆ? ਆਪਾਂ ਕਿਰਤ ਸੋਹਲੇ ਦੀ ਬਾਣੀ ਪੜ੍ਹਦੇ ਹਾਂ ਨਾ, ਕਰ ਅੰਜਲੀ ਪੁਨ ਵੱਡਾ ਹੈ, ਅੰਜਲੀ ਹੱਥ ਜੋੜਦੇ, ਅੰਜਲੀ ਤੋਂ ਸ਼ਰਧਾ ਨਾ ਲੱਗ ਕੇ ਅਤੇ ਇਹ ਸ਼ਰਧਾਂਜਲੀ ਬਣ ਗਿਆ। ਅਸਲ ਵਿੱਚ ਅੰਜਲੀ ਸ਼ਬਦ ਸੀ, ਅੰਜਲੀ ਦਾ ਮਤਲਬ ਹੁੰਦਾ ਹੈ ਕਿ ਦੋਵੇਂ ਹੱਥ ਜੋੜ ਕੇ ਗੁਰੂ ਦੇ ਚਰਨਾਂ 'ਚ ਪ੍ਰਾਰਥਨਾ ਕਰਨੀ, ਕਰ ਅੰਜਲੀ ਪੁੰਨ ਵੱਡਾ ਹੈ, ਗੁਰੂ ਦੇ ਚਰਨਾਂ ਵਿੱਚ ਇਹ ਅੰਜਲੀ ਕਰਨੀ, ਹੱਥ ਜੋੜ ਕੇ ਬੇਨਤੀ ਕਰਨੀ, ਇਹ ਸ਼ਬਦ ਸੀ। ਅੰਜਲੀ ਤੋਂ ਸਾਡਾ ਜਿਹੜਾ ਸੀ ਬਦਲ ਕੇ ਸ਼ਬਦ ਇਹ ਸ਼ਰਧਾ ਨਾਲ ਲੱਗ ਕੇ ਸ਼ਰਧਾਂਜਲੀ ਬਣ ਗਿਆ, ਅਤੇ ਸ਼ਰਧਾਂਜਲੀ ਦੇ ਵਿੱਚ ਅਸੀਂ ਅੰਜਲੀ ਸ਼ਬਦ ਨਹੀਂ ਵਰਤਦੇ, ਅੰਜਲੀ ਨਹੀਂ ਕਰਦੇ, ਅਸੀਂ ਹੱਥ ਜੋੜ ਕੇ ਬੇਨਤੀ ਨਹੀਂ ਕਰਦੇ। ਜ਼ਿੰਦਗੀ ਜੀਉ ਰਹੇ ਹਨ, ਕੋਈ ਸਾਨੂੰ ਆ ਕੇ ਕਵੇ ਕਿ ਮੈਂ ਹਵਾ ਦੀ ਕੰਧ ਦੇਖ ਕੇ ਆਇਆ ਹੈ ਜਾਂ ਪਾਣੀ ਦੀ ਕੰਧ ਦੇਖ ਕੇ ਆਇਆ, ਉਹਨੂੰ ਪਾਣੀ ਦੀ ਕੰਧ ਨੂੰ ਹਵਾ ਦਾ ਜਿਹੜਾ ਅਸੀਂ ਥੰਭਣਾ ਦਿੱਤਾ ਹੈ, ਆਪਾਂ ਕਹਾਂਗੇ ਪਹਿਲੀ ਤੀ ਗੱਲ ਪਾਣੀ ਦੀ ਕੰਧ ਨਹੀਂ ਹੋ ਸਕਦੀ। ਉਹਨਾਂ ਸੋਚਿਆ ਵੀ ਸ਼ਾਇਦ ਬੱਚੀ ਦਾ ਮੋਹ ਜਾਗ ਪਿਆ ਹੋਵੇਗਾ, ਕਿ ਦੇਖੀ ਠੀਕ ਹੈ ਤੇਰੀ ਧੀ ਹੈ ਤੂੰ ਲੈ ਜਾ ਨਾਲ। ਉਹ ਲੈ ਕੇ ਤੁਰ ਪਿਆ ਘਰ ਆਇਆ, ਮਾਂ ਬਚਾਈ ਬੜਾ ਰੋਵੇ ਵੀ ਨਾ ਹੀ ਦੱਸਦੇ ਮੇਰੇ ਪੇਕੇ। ਚਲੋ ਉੱਥੇ ਮੈਂ ਦੇਖਦੀ ਆਉਂਦੀ ਸੀ ਆਪਣੀ ਧੀ ਨੂੰ, ਗੱਲ ਨਾਲ ਲਾਉਂਦੀ ਸੀ ਵੀ ਬੜਾ ਮਾੜਾ ਕੀਤਾ ਹੈ। ਹੁਣ ਉਸ ਆਪਣੇ ਨਾਲ ਖੜ ਕੇ ਕਹਿੰਦਾ ਵੀ ਪੁੱਤ ਆਪਣਾ ਖੂਹ ਹੈ ਅਤੇ ਸਵੇਰੇ ਤੋਂ ਰੋਟੀ ਲੈ ਕੇ ਆਉਂਦੀ।
ਉਹ ਕੁੜੀ ਤੋਂ ਬੜਾ ਚਾਅ ਬੱਚੀ ਨੂੰ। ਉਹਨੇ ਸਵੇਰੇ ਉੱਠ ਕੇ ਆਪਣੀ ਮਾਂ ਨੂੰ ਕਹਿੰਦੇ ਵੀ ਮਾਂ ਮੈਨੂੰ ਰੋਟੀ ਅੱਜ ਮੈਂ ਆਪ ਪਕਾਵਾਂਗੀ, ਸਬਜ਼ੀ ਵੀ ਮੈਂ ਬਣਾ ਕੇ ਖੜਾਂਗੀ ਬਾਪੂ ਜੀ, ਕਿਉਂਕਿ ਮੈਨੂੰ ਸਾਰਾ ਕੰਮ ਮੇਰੀ ਦਾਦੀ ਨਾਨੀ ਨੇ ਸਿਖਾਇਆ ਹੈ ਅਤੇ ਮੈਂ ਆਪਣੇ ਹੱਥੀਂ ਰੋਟੀ ਤਿਆਰ ਕਰੀ। ਰੋਟੀ ਲਾਉਣੀ ਹੈ ਉੱਥੇ ਤੇਰੀ ਮੌਤ ਦਾ ਖੂਹ ਪੁੱਟਦਾ ਪਿਆ, ਤੂੰ ਰੋਟੀਆਂ ਲਾਹ ਰਹੀ ਹੈ, ਗਾੜੀ ਤੇਰੀ ਮੌਤ ਦਾ ਖੂਹ ਪੁੱਟਿਆ ਜਾ ਰਿਹਾ, ਜਿਹਦੇ ਵਾਸਤੇ ਰੋਟੀਆਂ ਲਾਹ ਰਹੀ ਉਹਨੇ ਤੈਨੂੰ ਛੱਡਣਾ ਥੋੜ੍ਹਾ ਕਿਤੇ। ਕਹਿੰਦੇ ਵੀ ਹੁਣ ਉਹਨੇ ਬੱਚੀ ਨੇ ਰੋਟੀਆਂ ਲਾਹੀਆਂ, ਰੋਟੀਆਂ ਲਾਹ ਕੇ ਬੰਨ ਕੇ ਅਤੇ ਕਹਿੰਦੀ ਚੰਗਾ ਮਾਂ ਮੈਂ ਹੁਣ ਬਾਪੂ ਦੀ ਰੋਟੀ ਲੈ ਕੇ ਚੱਲੀ। ਜਦੋਂ ਬੂਹੇ 'ਚੋਂ ਨਿਕਲ ਲੱਗੀ ਨਾ ਅਤੇ ਮਾਂ ਦੀਆਂ ਧਾਰਾਂ ਨਿਕਲ ਗਈ। ਕਹਿੰਦੀ ਮਾਂ ਕੀ ਹੋਇਆ ਹੈ? ਕਹਿੰਦੀ ਪੁੱਤ ਹੋਣਾ ਕੀ ਹੈ, ਤੂੰ ਇੱਕ ਵਾਰੀ ਮੇਰੇ ਨਾਲ ਗੱਲ 'ਤੇ ਲੱਗ ਜਾ। ਉਹ ਕਹਿੰਦੀ ਮਾਂ ਰੋਟੀਆਂ ਦੇ ਕੇ ਤਾਂ ਆ ਜਾਣਾ ਹੈ। ਅਤੇ ਮਾਂ ਨੂੰ ਪਤਾ ਸੀ ਵੀ ਜਿੱਥੇ ਰੋਟੀਆਂ ਲੈ ਕੇ ਚੱਲੀ ਉੱਥੋਂ ਵਾਪਸ ਨਹੀਂ ਆਉਣਾ, ਗਾੜੀ 'ਤੇ ਪਿਓ ਨੇ ਮੌਤ ਦਾ ਟੂਆ ਪੁੱਟਿਆ ਹੋਣਾ, ਤੂੰ ਕਿੱਥੋਂ ਆਉਣਾ ਹੈ ਵਾਪਸ? ਕਹਿੰਦੇ ਹੁਣ ਉਹ ਬੱਚੀ ਆਪਣੀ ਮਾਂ ਦੇ ਗੱਲ ਆ ਕੇ ਅਤੇ ਰੋਟੀਆਂ ਲੈ ਕੇ ਤੁਰ ਪਈ ਅਤੇ ਮਾਂ ਦਰਵਾਜ਼ੇ 'ਚ ਖਲੋਤੀ ਦੇਖਦੀ ਹੈ। ਜਿੰਨੀ ਚਿਰ ਧੀ ਦੇਖਦੀ ਰਹੀ ਮਾਂ ਉੱਥੇ ਜਿਹੜਾ ਸੀ ਦਰਵਾਜ਼ੇ ਦੇ ਕੋਲ ਹੀ ਬੈਠ ਗਈ ਵੀ ਧੀਏ ਜਦੋਂ ਤੇਰਾ ਪਿਓ ਤੇਰੇ 'ਤੇ ਕਈ ਦਾ ਟੱਪ ਮਾਰੇਗਾ ਨਾ ਤੇਰੇ ਮੂੰਹ 'ਚੋਂ ਹਾਏ ਮਾਂ ਨਿਕਲੂਗਾ। ਕਿਤੇ ਕਾਸ਼ ਮੈਂ ਕੋਲ ਹੁੰਦੀ ਅਤੇ ਹਾਏ ਮਾਂ ਸ਼ਬਦ ਮੈਂ ਅਖੀਰ ਦਾ ਸੁਣ ਲੈਂਦੀ, ਹਾਲੇ ਤਾਂ ਤੂੰ ਮੈਨੂੰ ਚੰਗੀ ਤਰ੍ਹਾਂ ਮਾਂ ਵੀ ਨਹੀਂ ਸੀ ਕਿਹਾ, ਤੇਰਾ ਪਿਓ ਤੇਰੀ ਮੌਤ ਦਾ ਟੂਆ ਪੁੱਟਦਾ ਪਿਆ ਹੈ। ਹੁਣ ਜਦੋਂ ਧੀ ਉੱਥੇ ਗਈ ਅਤੇ ਕੀ ਦੇਖਿਆ ਵੀ ਪਿਓ ਜਿਹੜਾ ਸੀ ਟੂਆ ਪੁੱਟਦਾ ਪਿਆ ਹੈ। ਬੱਚੀ ਨੇ ਰੋਟੀਆਂ ਰੱਖੀਆਂ, ਕਹਿੰਦੀ ਬਾਪੂ ਰੋਟੀ ਲੈ ਆਉਂਦੀ ਹੈ। ਬਾਪੂ ਟੋਏ 'ਚੋਂ ਬਾਹਰ ਨਿਕਲਿਆ, ਧੀ ਨੇ ਦੇਖਿਆ ਕਿ ਬਾਪੂ ਦਾ ਸਿਰ ਵਾਲਾ ਪਰਨਾ ਜਿਹੜਾ ਸੀ ਨਾ ਉਹ ਸਾਰਾ ਮਿੱਟੀ ਨਾਲ ਭਰਿਆ ਪਿਆ। ਛੇਤੀ ਉਹਨੇ ਆਪਣੇ ਸਿਰ ਤੋਂ ਲੀੜਾ ਲਾ ਕੇ ਅਤੇ ਬਾਪੂ ਦਾ ਪਰਨਾ ਝਾੜਨ ਲੱਗ ਪਈ। ਕਹਿੰਦੀ ਬਾਪੂ ਆਹ ਤੇਰੇ ਸਿਰ ਵਿੱਚ ਪਈ ਮਿੱਟੀ, ਤੇਰੇ ਪਰਨੇ 'ਤੇ ਪਈ ਮਿੱਟੀ ਮੇਰੇ ਤੋਂ ਜਰੀ ਨਹੀਂ ਜਾਂਦੀ, ਤੇਰਾ ਪਰਨਾ ਸਾਰਾ ਮਿੱਟੀ ਨਾਲ ਭਰਿਆ ਪਿਆ, ਮੇਰੇ ਤੋਂ ਨਹੀਂ ਜਰਿਆ ਜਾਂਦਾ। ਕਿਤੇ ਉਹਨੇ ਆਪਣੇ ਕੱਪੜੇ ਦੇ ਨਾਲ ਸਿਰ ਤੋਂ ਲੀੜਾ ਲਾ ਕੇ ਬਾਪੂ ਦਾ ਪਰਨਾ ਝਾੜਦੀ, ਜਿਵੇਂ ਜਿਵੇਂ ਪਰਨਾ ਝਾੜਦੀ ਹੈ ਅਤੇ ਬਾਪੂ ਦੀਆਂ ਧਾਰਾਂ ਨਿਕਲ ਗਈਆਂ। ਕਿਤੇ ਬਾਪੂ ਰੋਇਆ ਕਿਉਂ? ਗੱਲ ਲਾ ਕੇ ਕਹਿੰਦਾ ਧੀਏ ਮੈਂ ਸੋਚਦਾ ਸੀ ਧੀਆਂ ਬੜੀਆਂ ਮਾੜੀਆਂ ਹੁੰਦੀਆਂ ਨੇ, ਪਰ ਅੱਜ ਪਤਾ ਲੱਗਾ ਜਿਹੜੀ ਧੀ ਅੱਜ ਬਾਪੂ ਦੇ ਪਏ ਹੋਏ ਪਰਨੇ 'ਤੇ ਮਿੱਟੀ ਨਹੀਂ ਜਾ ਸਕਦੀ, ਇਹ ਕੱਲ੍ਹ ਨੂੰ ਧੀ ਮੇਰੀ ਪੱਗ ਨੂੰ ਦਾਗ ਵੀ ਨਹੀਂ ਹੋਣੀ। ਅੱਜ ਮੈਨੂੰ ਪਤਾ ਲੱਗ ਗਿਆ, ਚੱਲ ਧੀਏ ਤੇਰੀ ਮਾਂ ਤੇ ਘਰੇ ਰੋਂਦੀ ਹੋਵੇਗੀ। ਕਿਤੇ ਬਾਪੂ ਜਿਹੜਾ ਸੀ ਇਹ ਘਰ ਦੇ ਵਿੱਚੋਂ ਆਪਾਂ ਮਾਰਦੇ ਜਾਂ ਤੁਰ ਜਾਂਦੀ ਹੈ ਨਾ, ਇੱਕ ਧੀ ਨੂੰ ਮਾਰਨ ਦੇ ਨਾਲ ਪੰਜਾਂ ਦੀ ਹੱਤਿਆ ਹੁੰਦੀ, ਪੰਜਾਂ ਦੀ। ਸਭ ਤੋਂ ਪਹਿਲਾਂ ਇੱਕ ਧੀ ਦਾ ਕਤਲ ਕੀਤਾ, ਜੇ ਘਰ ਦੇ ਵਿੱਚ ਪੁੱਤ ਹੋਣਾ ਸੀ ਤੇ ਇੱਕ ਉਹਦੇ ਚੋਂ ਭੈਣ ਦਾ ਰੂਪ ਆਪਾਂ ਉਹਦਾ ਕਤਲ ਕਰ ਦਿੱਤਾ। ਉਹਨੇ ਬੱਚੇ ਪੈਦਾ ਹੋਣੇ ਸੀ ਇੱਕ ਮਾਂ ਦੇ ਰੂਪ ਵਿੱਚ ਤੁਰ ਗਈ, ਫਿਰ ਪੋਤਰੇ ਆਉਣੇ ਸੀ ਤੇ ਦਾਦੀ ਦੇ ਰੂਪ 'ਚ ਤੁਰ ਗਈ। ਇੱਕ ਧੀ ਮਾਰਨ ਦੇ ਨਾਲ ਪੂਰੇ ਦਾ ਪੂਰਾ ਪਰਿਵਾਰ ਖਤਮ ਕਰ ਦਿੱਤਾ, ਪੂਰੇ ਦਾ ਪੂਰੇ। ਗੁਰਮੁਖ ਗੁਰੂ ਕਿਰਪਾ ਕਰੇ ਅੱਜ ਦਾਦੀ ਮਾਂ ਜੋਗਿੰਦਰ ਕੌਰ ਜਿਹਦੀ ਫੁੱਲਵਾੜੀ ਹੈ ਭਾਗ ਲੱਗੀ ਹੈ, ਪੰਜ ਪੁੱਤਰ ਨੇ, ਗੁਰੂ ਦੀ ਰਹਿਮਤ ਹੈ ਆ ਏਡਾ ਵੱਡਾ ਸਾਰਾ ਪਰਿਵਾਰ, ਇਹ ਦਾਦੀ ਮਾਂ ਜੋਗਿੰਦਰ ਕੌਰ ਦਾ ਬਾਗ ਹੈ। ਗੁਰੂ ਕਿਰਪਾ ਕਰੇ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਸਾਹਿਬਾਨ ਪਹੁੰਚੇ ਨੇ ਜੀਓ ਆਇਆਂ ਨੂੰ ਆਪਾਂ ਗੁਰੂ ਦੇ ਚਰਨਾਂ 'ਚ ਹੀ ਅਰਦਾਸ ਕਰਨੀ ਹੈ। ਗੁਰੂ ਕਿਰਪਾ ਕਰੇ ਉਸ ਮਾਤਾ ਦੀ ਰੂਹ ਨੂੰ ਆਪਣੇ ਚਰਨਾਂ 'ਚ ਸਤਿਗੁਰੂ ਜੀ ਨਿਵਾਸ ਬਖਸ਼ਣ, ਪਰਿਵਾਰ ਦੇ ਸਤਿਗੁਰੂ ਜੀ ਸੀਸ 'ਤੇ ਮਿਹਰ ਪਿਆ ਹੱਥ ਰੱਖਣ, ਗੁਰਸਿੱਖੀ ਵਾਲੇ ਜੀਵਨ ਨਾ ਬਾਣੀ ਦੀ ਦਾਤ ਬਖਸ਼ਿਸ਼ ਕਰਨ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੁ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਹੈ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਲੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟਾ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਾ। ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਾਹਾ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਣਦ ਸੁਣਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਰੇ। ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਾਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹੇ ਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ। ਸੁਣਤੇ ਪੁਨੀਤ ਕਹੇ ਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂਠਾ ਦੇਖ ਕੇ ਅੰਡਿਤ ਕੀਤਾ, ਤਿੰਨਾਂ ਪਿਆਰਿਆਂ ਸੁਪਿਆਰਿਆਂ ਦੀ ਪੁੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਤੁਹਾਨੂੰ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪੜੀਆਂ ਲਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਲਿਆਂ ਨਾਲ ਚਲਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪ ਜੀ ਦਾ ਪਵਿੱਤਰ ਨਾਮ ਚੇਤਾ ਵੈ, ਚੇਤਾਵਨ ਕਾ ਸਦਕਾ ਸਭ ਸੁੱਖ ਹੋਵੇ।
ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸੀਆ ਰਿਆਇਤ ਦੇਖ ਤੇਗ ਫਤਿਹ ਬਿੰਦ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਕੇਸ ਰਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਾਵਨ ਪਵਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਕਾਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪੰਥ ਦੇ ਰਾਖੇ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਲਈ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਬੇਅੰਤ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਦੇ ਪਿਆਰੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ ਜੀ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਹੇ ਨਿਤਾਣਿਆਂ ਦੇ ਤਾਨ ਸਤਿਗੁਰੂ ਨੇ ਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਦਸਾਂ ਗੁਰੂਆਂ ਜੀ ਦੀ ਪਾਵਨ ਪਵਿੱਤਰ ਜੋਤ ਜੁਗੋ ਜੁਗ ਅਟਲ ਚਵਰ ਤਾਕਤ ਸਿੰਘਾਸ਼ਨ ਗੱਦੀ ਦੇ ਬਿਰਾਜਮਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਵਾਕ ਹਨ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੋਂਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਦੇ ਮਹਾਂਵਾਕਾਂ ਸਰ ਪਾਤਸ਼ਾਹ ਜੀਓ ਦਰਕਰ ਦੇ ਪ੍ਰੀਤਵਾਨ ਮਾਤਾ ਜੋਗਿੰਦਰ ਕੌਰ ਜੀ ਸਤਿਗੁਰੂ ਜੀ ਆਪ ਜੀ ਦੇ ਦੁਆਰਾ ਬਖਸ਼ਿਸ਼ ਕੀਤੇ ਹੋਏ ਸਵਾਸਾਂ ਨੂੰ ਪੂਰੇ ਕਰਦੇ ਹੋਏ ਕੁਝ ਦਿਨ ਪਹਿਲਾਂ ਸੇਵਕ ਪਰਿਵਾਰ ਸਮੂਹ ਸਾਕਾ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਪਾਤਸ਼ਾਹ ਜੀ ਉਹ ਤਿੰਨਾਂ ਦੇ ਸੇਵਕ ਪਰਿਵਾਰ ਨੇ ਮਾਤਾ ਜੀ ਦੀ ਆਤਮਾ ਦੀ ਸ਼ਾਂਤੀ ਵਾਸਤੇ ਸਤਿਗੁਰੂ ਜੀ ਪਰਸੋਂ ਵਾਲੇ ਰੋਜ਼ ਤੋਂ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਆਰੰਭ ਕਰਵਾਈ ਆਪ ਜੀ ਦੀ ਕਿਰਪਾ ਦਾ ਸਦਕਾ ਨਿਰਵਿਘਨਤਾ ਸਹਿਤ ਸੰਪੂਰਨ ਭੋਗ ਪਾਏਗਨ ਉਪਰੰਤ ਸਤਿਗੁਰੂ ਜੀ ਖੁੱਲ੍ਹੇ ਦੀਵਾਨਾਂ ਵਿੱਚ ਆਪ ਜੀ ਦੀ ਪਾਵਨ ਪੁੱਤਰ ਬਾਣੀ ਦੇ ਕੀਰਤਨ ਹੋਏ ਕਥਾ ਹੋਏ ਸਤਿਗੁਰੂ ਜੀ ਆਪ ਜੀ ਦੀ ਪਾਵਨ ਪੁੱਤਰ ਬਾਣੀ ਦੀ ਕਥਾ ਕੀਰਤਨ ਕਰਦੇ ਹਾਂ ਇੱਕ ਨਹੀਂ ਨੇ ਕਿ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪ ਜੀ ਬਖਸ਼ਣ ਯੋਗ ਉਹ ਬਖਸ਼ ਲੈਣਾ ਸੇਵਕਾਂ ਦੀ ਕੀਤੀ ਸੇਵਾ ਨੂੰ ਦਰ ਤੇ ਪ੍ਰਵਾਨ ਕਰ ਲੈਣਾ ਵਿਛੜੀ ਹੋਈ ਰੂਹ ਆਪਣੇ ਚਰਨਾਂ ਕਮਲਾਂ ਦਾ ਨਿਵਾਸ ਬਖਸ਼ਣਾ ਪਰਿਵਾਰ ਨੂੰ ਭਾਣਾ ਮੰਨਣ ਦਾ ਵਾਰ ਉਦਮ ਬਖਸ਼ਣਾ ਪਰਿਵਾਰ ਵਿੱਚ ਆਪਸੀ ਮੇਲ ਪ੍ਰੇਮ ਇਤਫਾਕ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੇਹ ਰੋਗਤਾ ਤੰਦਰੁਸਤੀ ਦੀ ਦਾਤ ਬਖਸ਼ਣੀ ਪਾਤਸ਼ਾਹ ਜੀ ਉਹ ਮਾਤਾ ਜੀ ਸੰਸਾਰ ਵਿੱਚ ਵਿਚਰਦਿਆਂ ਇੱਕ ਨਹੀਂ ਨੇਕੀ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ ਸਤਿਗੁਰੂ ਜੀ ਆਪ ਜੀ ਬਖਸ਼ਣ ਯੋਗ ਉਹ ਬਖਸ਼ ਲੈਣਾ ਆਈ ਸੰਗਤੀ ਹਾਜ਼ਰੀ ਦਰ ਦੇ ਪ੍ਰਵਾਨ ਕਰ ਲੈਣੀ ਤਿਲਕੁਲ ਸੰਗਤਾਂ ਦਾ ਦਰ ਪ੍ਰਵਾਨ ਕਰ ਲੈਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਆਪ ਜੀ ਭੋਗ ਲਾਉਣ ਲੱਗਿਆ ਹੋਇਆ ਭੋਗ ਸਭ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀ ਕਿਰਪਾ ਕਰੋ ਦਰੋਂ ਪਾਵਨ ਹੁਕਮਨਾਮੇ ਬਖਸ਼ ਕੇ ਸਮਾਪਤੀ ਦੀ ਆਗਿਆ ਬਖਸ਼ੋ ਜੋ ਜੀ ਆਪ ਦੇ ਦਰ ਆਵੇ ਸੁਹਾਜੀ ਜਾਵੇ ਸੁੱਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੁਖ ਤੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਇਓ ਤਾਰ ਨਿਹਾਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹਾ ਜਿਹੜੇ ਲਿਖਿਆ
ਦੇਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਸੋ ਕਹੋ ਡਲ ਗੁਰੂ ਸੇਵੀਆ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਲੁਕ ਜਾਏ ਹੋਵੇ ਸਿਰ ਕਸਮ ਦੀ ਗੁਰਿਆ ਰਸੋਂ ਪੁਰ ਸੋਂ ਚੱਟੀਆ ਦੁੱਧ ਜਿੱਤੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਕਿਰਸਾ ਹਾਂ ਲੈ ਸ਼ਾਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵਿਸਾਹੋ ਸੱਜਣ ਸੱਚਾ ਪਾਤਸ਼ਾਹ ਕਿਰਸਾ ਹਾਂ ਲੈ ਸ਼ਾਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹ ਸੋ ਕਹੀਅਤ ਹੈ ਸੂਰਾ ਆਤਮ ਜਿਨੈ ਸਗਲ ਵਸ ਤਾਕ ਜਾ ਕਾ ਸਤਿਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹ ਸੋ ਕਹੀਅਤ ਹੈ ਸੂਰਾ ਆਤਮ ਜਿਨੈ ਸਗਲ ਵਸ ਤਾਕ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹਿ ਮਿਰਹੀਅਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਜਿਹੋ ਕਿਰਪਾ ਨਿਦ ਨਾਨਕ ਕਾ ਸੁਖ ਇਹੀ ਜਨ ਕੇ ਚਰਨ ਵਸਹ ਮਿਰਹੀਅਰ ਸੰਗ ਪੁਨੀਤਾ ਦੇਹੀ ਜਨ ਕੇ ਧੂਰ ਜਿਹੋ ਕਿਰਪਾ ਨਿਦ ਨਾਨਕ ਕਾ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਾ ਜੀਵੀ ਲਿਖਿਆ ਇਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਨਾ ਵਾਧ ਹੈ ਨਾ ਘਾਟ ਹੈ ਨਾ ਵਾਧ ਘਾਟ ਉਸਦੇ ਮਹਾਂਵਾਕ ਅਨੁਸਾਰ ਮਾਤਾ ਜੋਗਿੰਦਰ ਕੌਰ ਜੀ ਸੇਵਕ ਪਰਿਵਾਰ ਸਮੂਹ ਸਾਕਾ ਸੰਬੰਧੀਆਂ ਨੂੰ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ। ਸੇਵਕ ਪਰਿਵਾਰ ਨੇ ਪਰਸੋਂ ਵਾਲੇ ਰੋਜ਼ ਤੋਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਪੁੱਤਰ ਬਾਣੀ ਆਰੰਭ ਕਰਵਾਈ। ਗੁਰੂ ਜੀ ਦੀ ਕਿਰਪਾ ਦਾ ਸਦਕਾ ਨਿਰਵਿਘਨਤਾ ਸਹਿ ਸੰਪੂਰਨ ਭੋਗ ਪਾਏ ਗਏ ਹਨ। ਉਪਰੰਤ ਰਾਗੀ ਜਥੇ ਵੱਲੋਂ ਰਾਗਮਈ ਕੀਰਤਨ ਹੋਇਆ ਵਾ। ਉਪਰੰਤ ਸੇਵਕਾਂ ਨੇ ਕਥਾ ਕੀਤੀ ਆ। ਸੋ ਆਈਆਂ ਹੋਈਆਂ ਸੰਗਤਾਂ ਦਾ ਸੇਵਕ ਪਰਿਵਾਰ ਵੱਲੋਂ ਤੈਅ ਦਿਲੋਂ ਧੰਨਵਾਦ, ਜੋ ਕਿ ਇਸ ਦੁੱਖ ਦੀ ਘੜੀ ਵਿੱਚ ਉਚੇਚੇ ਤੌਰ 'ਤੇ ਪਹੁੰਚੇ ਆ। ਸਾਬਕਾ MLA ਸਾਹਿਬਾਨ, ਉਹਨਾਂ ਦੇ ਸਪੁੱਤਰ ਸਰਦਾਰ ਗੌਰਵਜੀਤ ਸਿੰਘ ਜੀ ਬਲਟੋਹਾ, ਸੋ ਉਹ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਪਹੁੰਚੇ ਆ।
ਕਿ ਉਹ ਮਾਤਾ ਜੀ ਨੂੰ ਸ਼ਰਧਾਂਜਲੀ ਦੇਣਗੇ। ਸੋ ਉਹਨਾਂ ਨੂੰ ਬੇਨਤੀ ਆ ਕਿ ਮਾਤਾ ਜੀ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ, ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਤੇ ਪਾਵਨ ਗੋਦ ਵਿੱਚ ਸੁਸ਼ੋਭਿਤ ਸਾਧ ਸੰਗਤ, ਆਓ ਸਤਿਕਾਰ ਨਾਲ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਖੇ। ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਮਾਤਾ ਜੋਗਿੰਦਰ ਕੌਰ ਜੀ ਇਸ ਸੰਸਾਰ ਵਿੱਚ ਨਹੀਂ ਰਹੇ, ਅੱਜ ਆਪਾਂ ਸਾਰੇ ਹੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ। ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ, ਕਹੇ ਨਾਨਕ ਤੇ ਨਾ ਰਹੇ ਜਿਉ ਵਾਲੂ ਕੀ ਪੀਤ। ਸਾਧ ਸੰਗਤ ਜੀ, ਆਪ ਸਭ ਇਸ ਚੀਜ਼ ਬਾਰੇ ਭਲੀ ਭਾਂਤ ਜਾਣਦੇ ਹੋ ਕਿ ਦੁਨੀਆਂ ਉੱਤੇ ਬਹੁਤ ਸਾਰੇ ਰਿਸ਼ਤੇ ਨੇ, ਇੱਕ ਮਨੁੱਖ ਦੀਆਂ ਅਨੇਕਾਂ ਹੀ ਸਾਂਝਾਂ ਬਣਦੀਆਂ ਨੇ, ਪਰ ਕੁਛ ਅਜਿਹੇ ਖੂਨ ਦੇ ਰਿਸ਼ਤੇ ਹੁੰਦੇ ਨੇ ਜਿਨ੍ਹਾਂ ਦਾ ਜਦ ਵਿਛੋੜਾ ਪੈ ਜਾਵੇ ਤਾਂ ਉਸ ਵਿਛੋੜੇ ਨੂੰ, ਉਸ ਵਿਛੋੜੇ ਦੀ ਘਾਟ ਨੂੰ, ਉਸ ਵਿਛੋੜੇ ਦੇ ਦਰਦ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਸਾਡੀ ਸਤਿਕਾਰਯੋਗ ਮਾਤਾ ਜੀ, ਜਿਨ੍ਹਾਂ ਨੂੰ ਚਾਹੇ ਸਤਿਗੁਰਾਂ ਨੇ ਬਹੁਤ ਸੋਹਣੀ ਉਮਰ ਬਖਸ਼ੀ ਸੀ, ਪਰ ਜਦੋਂ ਉਹਨਾਂ ਦਾ ਵਿਛੋੜਾ ਆਇਆ ਤਾਂ ਉਸ ਵਿਛੋੜੇ ਨੇ ਇੱਕ ਬਹੁਤ ਵੱਡੀ ਘਾਟ ਲਿਆਂਦੀ। ਆਪ ਸਭ ਇਸ ਚੀਜ਼ ਬਾਰੇ ਭਲੀ ਭਾਂਤ ਜਾਣਦੇ ਹੋ ਕਿ ਬਜ਼ੁਰਗ ਬੋੜ ਦੀ ਨਿਆਈ ਹੁੰਦੇ ਨੇ। ਔਰ ਸਾਧ ਸੰਗਤ ਜੀ, ਬਜ਼ੁਰਗ ਚਾਹੇ ਬਿਸਤਰੇ 'ਤੇ ਕਿਉਂ ਨਾ ਹੋਵਣ, ਫਿਰ ਵੀ ਇੱਕ ਘਰ ਦੇ ਉੱਤੇ ਛੱਤ ਜਿੰਨਾ ਆਸਰਾ ਹੁੰਦਾ। ਕਈ ਮੌਕੇ ਹੁੰਦੇ ਨੇ ਜਿੱਥੇ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਮਿਲ ਜਾਵੇ ਤਾਂ ਬੰਦੇ ਨੂੰ ਇੱਕ ਸ਼ਕਤੀ ਮਹਿਸੂਸ ਹੁੰਦੀ ਹੈ। ਔਰ ਅੱਬਲ ਮੈਂ ਸਮਝਦਾ ਕਿ ਕੋਈ ਵੀ ਕੰਮ ਓਨੇ ਟਾਈਮ ਤੱਕ ਸਿਰੇ ਨਹੀਂ ਚੜ੍ਹ ਸਕਦਾ ਜਿੰਨੇ ਟਾਈਮ ਤੱਕ ਬਜ਼ੁਰਗਾਂ ਦਾ ਆਸ਼ੀਰਵਾਦ ਨਾਲ ਨਾ ਹੋਵੇ। ਬਹੁਤ ਸੋਹਣਾ ਕਿਸੇ ਨੇ ਲਿਖਿਆ ਕਿ ਮਾਂ ਵਰਗਾ ਕਣਛਾਵਾਂ ਬੂਟਾ, ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਸ਼ਾਂ ਉਦਾਰੀ ਰੱਬ ਨੇ ਸੁਰਗ ਬਣਾਈ। ਅੱਜ ਚਾਹੇ ਸਰੀਰਕ ਤੌਰ 'ਤੇ ਮਾਤਾ ਜੀ ਸਾਡੇ ਵਿਚਕਾਰ ਨਹੀਂ ਰਹੇ, ਪਰ ਮੈਂ ਸਮਝਦਾ ਕਿ ਨਾਲ ਦੀ ਨਾਲ ਸਮੂਹ ਪਰਿਵਾਰ ਉਹਨਾਂ ਦੇ ਨੇਕ ਵਿਚਾਰਾਂ ਤੋਂ ਅਤੇ ਨੇਕ ਜੋ ਉਹਨਾਂ ਦੇ ਸਿੱਖਿਆਵਾਂ ਸੀ ਉਸ ਤੋਂ ਵਾਂਝਾ ਹੋ ਗਿਆ। ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ, ਕਹਿ ਨਾਨਕ ਫਿਰ ਨਾ ਰਹੇ ਜਿਉ ਵਾਲੂ ਕੀ ਪੀਤ। ਸਤਿਗੁਰਾਂ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਕਿ ਮਿਰਤ ਦੂਖ ਸੂਖ ਲਿਖ ਪਾਏ, ਤਿਲ ਨਾ ਬਦੇ ਕਟੈ ਨਾ ਕਟਾਏ। ਇਸ ਜ਼ਿੰਦਗੀ ਦੇ ਵਿੱਚ ਜੋ ਹਰੇਕ ਪ੍ਰਾਣੀ ਦੇ ਜੀਵਨ ਦੇ ਵਿੱਚ ਦੁੱਖ ਅਤੇ ਸੁੱਖ ਦਾ ਜੋ ਸਿਲਸਿਲਾ ਹੈ, ਉਸ ਪਰਮੇਸ਼ਰ ਨੇ ਆਪਣੇ ਹੱਥ ਵਸ ਰੱਖਿਆ। ਹਰੇਕ ਪ੍ਰਾਣੀ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਸਵਾਸਾਂ ਦੀ ਪੂੰਜੀ ਬਖਸ਼ੀ ਹੈ। ਔਰ ਅਸੀਂ ਚਾਹੇ ਲੱਖ ਕੋਸ਼ਿਸ਼ਾਂ ਕਿਉਂ ਨਾ ਕਰ ਲਈਏ, ਜਦੋਂ ਸਮਾਂ ਆ ਜਾਂਦਾ ਹੈ ਤਾਂ ਸਵਾਸ ਨਹੀਂ ਵੱਧਦੀ। ਇੱਕ ਖੇਡ ਬਣਾਈ ਉਸ ਪਰਮਾਤਮਾ ਨੇ ਕਿ ਸਾਹ ਆਇਆ ਤਾਂ ਆਦਮੀ, ਸਾਹ ਨਾ ਆਇਆ ਤਾਂ ਮਿੱਟੀ ਦੀ ਇੱਕ ਢੀਲ। ਮੇਰੇ ਤੋਂ ਪਹਿਲਾਂ ਗਿਆਨੀ ਜੀ ਨੇ ਬਹੁਤ ਸੋਹਣਾ ਬੋਲ ਕੇ ਗਏ ਨੇ, ਔਰ ਬਾਬਾ ਜੀ ਨੇ ਵੀ ਜ਼ਿਕਰ ਕੀਤਾ ਕਿ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਅਨੇਕਾਂ ਹੀ ਮਹਾਂਪੁਰਸ਼ ਆਏ, ਔਰ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆਇਆ, ਹਰੇਕ ਪ੍ਰਾਣੀ ਹਰੇਕ ਜੀਵ ਇਸ ਸੰਸਾਰ ਤੋਂ ਚੱਲ ਵਸਿਆ।
ਰਾਣਾ ਰਾਓ ਨਾ ਕੋਰੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਸੀ। ਉਹ ਅਟਲ ਸਮਰੱਥ ਹੈ, ਉਹ ਕਰਨ ਕਾਰਨ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਹਰੇਕ ਪ੍ਰਾਣੀ ਨੂੰ ਸਵਾਸ ਬਖਸ਼ਦਾ, ਹਰੇਕ ਪ੍ਰਾਣੀ ਨੂੰ ਜੀਵਨ ਬਖਸ਼ਦਾ ਔਰ ਆਪਣੇ ਹੁਕਮ ਅਨੁਸਾਰ ਉਸਨੂੰ ਬੁਲਾ ਲੈਂਦਾ। ਜਿਹਾਂ ਚਿਰੀ ਲਿਖਿਆ ਤਿਹਾਂ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਅਕਸਰ ਹੀ ਸਮਾਜ ਦੇ ਵਿੱਚ ਵਿਚਰੀਦਾ ਔਰ ਦੇਖੀਦਾ ਕਿ ਚੰਗੇ ਚੰਗੇ ਵਿਅਕਤੀ ਤੁਰ ਜਾਂਦੇ ਹਨ ਔਰ ਜਦ ਵੀ ਅਜਿਹੀ ਕੋਈ ਘਟਨਾ ਵੱਲ ਦੇਖੀਦਾ ਜਾਂ ਸੁਣੀਦਾ ਤਾਂ ਸੋਚੀਦਾ ਕਿ ਦੇਖੋ ਕਿਸ ਤਰ੍ਹਾਂ ਕਾਲ ਇੱਕ ਪ੍ਰਾਣੀ ਦੇ ਆਲੇ ਦੁਆਲੇ ਘੁੰਮਦਾ। ਔਰ ਸਾਧ ਸੰਗਤ ਜੀ, ਇਹ ਜੀਵਨ ਦੀ ਇੱਕ ਸੱਚਾਈ ਹੈ ਕਿ ਇੱਕ ਮਨੁੱਖ ਬੜਾ ਕੁਛ ਸੋਚਦਾ ਆਪਣੇ ਆਉਣ ਵਾਲੇ ਸਮੇਂ ਬਾਰੇ, ਪਰ ਆਉਣ ਵਾਲਾ ਸਮਾਂ ਆਉਣਾ ਹੈ ਜਾਂ ਨਹੀਂ ਆਉਣਾ, ਆਉਣ ਵਾਲਾ ਸਵਾਸ ਆਉਣਾ ਹੈ ਜਾਂ ਨਹੀਂ ਆਉਣਾ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਾਸੀ। ਕੁਛ ਪਤਾ ਨਹੀਂ ਕਿ ਕਦੋਂ ਇਸ ਜ਼ਿੰਦਗੀ ਨੇ ਹੱਡਾਂ ਨੂੰ ਕੜਕਾਉਂਦੇ ਹੋਏ ਹਮੇਸ਼ਾ ਦੇ ਲਈ ਖਤਮ ਹੋ ਜਾਣਾ ਹੈ। ਸ਼ੇਖ ਫਰੀਦ ਜੀ ਬਹੁਤ ਵਧੀਆ ਲਿਖਦੇ ਨੇ ਕਿ ਜਿੱਤ ਦਿਹਾੜੇ ਤਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ, ਜਿੰਦ ਨੇ ਮਾਣੀ ਕਾਢੀਏ ਹੱਡਾਂ ਕੋ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ, ਜਿੰਦ ਵਟੀ ਮਰਨ ਵਰ ਲੈ ਜਾਸੀ ਭਰਨ ਆਏ, ਆਪਣ ਹੱਥੀ ਜੋਲ ਕਹਿ ਕਹਿ ਗੱਲ ਲੱਗੇ ਤਾਏ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ, ਫਰੀਦਾ ਕੀੜੀ ਪਾਬੰਦੀ ਖੜਾ ਨਾ ਆਪ ਮੁਹਾਏ। ਸੋ ਹਰੇਕ ਸਿੱਖ ਦਾ ਫਰਜ਼ ਬਣਦਾ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਹੁਕਮ ਹੈ ਉਸ ਨੂੰ ਉਹ ਸਵੀਕਾਰ ਕਰੇ। ਦਾਸ ਬਹੁਤਾ ਸਮਾਨਾ ਲੈਂਦਾ ਹੋਇਆ ਦੱਸਣਾ ਚਾਹੁੰਦਾ ਹੈ ਕਿ ਇਹ ਪਰਿਵਾਰ, ਦਾਸ ਦਾ ਆਪਣਾ ਪਰਿਵਾਰ ਹੈ, ਇਸ ਪਰਿਵਾਰ ਦੇ ਨਾਲ ਸਾਂਝ ਹੈ, ਇਸ ਪਰਿਵਾਰ ਦੇ ਨਾਲ ਰਿਸ਼ਤੇਦਾਰੀ ਵੀ ਹੈ ਔਰ ਪਹਿਲਾਂ ਵੀ ਬਹੁਤ ਦੁੱਖਦਾਈ ਸਮਾਂ ਇਸ ਪਰਿਵਾਰ ਨੇ ਦੇਖਿਆ ਜਦੋਂ ਮਾਤਾ ਜੀ ਦੇ ਬੇਟਾ ਜੀ ਸਰਦਾਰ ਕੁਲਦੀਪ ਸਿੰਘ ਜੀ, ਸਰਦਾਰ ਅਜੀਤ ਸਿੰਘ ਜੀ ਉਸ ਪਰਮੇਸ਼ਰ ਨੂੰ ਪਿਆਰੇ ਹੋ ਗਏ ਸੀ। ਉਹ ਜਿਹੜਾ ਦੁੱਖ ਹੈ ਮਾਤਾ ਜੀ ਨੇ ਹਟਾਇਆ, ਸਮੁੱਚੇ ਪਰਿਵਾਰ ਦੀ ਪਰਵਰਿਸ਼ ਕੀਤੀ, ਉਹਨਾਂ ਦੇ ਬੱਚਿਆਂ ਦੀ ਪਰਵਰਿਸ਼ ਕੀਤੀ ਔਰ ਅੱਜ ਜੇ ਦੇਖਿਆ ਜਾਵੇ ਤਾਂ ਸਿਰਫ ਇਸ ਪਿੰਡ ਤੱਕ ਹੀ ਨਹੀਂ ਬਲਕਿ ਸਮੁੱਚੇ ਇਲਾਕੇ ਦੇ ਵਿੱਚ ਇਸ ਪਰਿਵਾਰ ਨੇ ਪਿਆਰ ਬਣਾਇਆ ਹੈ। ਔਰ ਮੈਂ ਸਮਝਦਾ ਕਿ ਜੇ ਇੰਨੀ ਸਾਂਝ ਅਤੇ ਜੇ ਇੰਨਾ ਪਿਆਰ ਇਸ ਪਰਿਵਾਰ ਨੇ ਬਣਾਇਆ ਹੈ, ਉਸ ਦੇ ਵਿੱਚ ਬਜ਼ੁਰਗਾਂ ਦੀਆਂ ਜੋ ਸਿੱਖਿਆਵਾਂ ਨੇ ਉਸ ਦਾ ਬਹੁਤ ਹੀ ਮਹੱਤਵਪੂਰਨ ਰੋਲ ਹੈ। ਦਾਸ ਬਹੁਤਾ ਸਮਾਂ ਨਾਲ ਲੈਂਦਾ ਹੋਇਆ ਆਪਣੇ ਵੱਲੋਂ ਇਸ ਪਰਿਵਾਰ ਵੱਲੋਂ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਅ ਜੀ ਸਰਦਾਰ ਜੋਬਨਜੀਤ ਸਿੰਘ ਜੀ ਸੰਧੂ ਵੱਲੋਂ, ਸਰਦਾਰ ਕਾਰਜ ਸਿੰਘ ਜੀ ਵੱਲੋਂ, ਉਹਨਾਂ ਦੇ ਸਮੂਹ ਭਾਈ ਸਾਹਿਬਾਨਾਂ ਵੱਲੋਂ, ਸਮੂਹ ਪਰਿਵਾਰ ਵੱਲੋਂ, ਸਮੁੱਚੀ ਆਈ ਸੰਗਤ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਸ਼ੁਕਰੀਆ ਅਦਾ ਕਰਦਾ ਹੈ ਜੀ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇਸ ਪਰਿਵਾਰ ਦਾ ਦੁੱਖ ਵੰਡਾਇਆ ਹੈ। ਔਰ ਨਾਲ ਦੀ ਨਾਲ ਮੈਂ ਸਤਿਗੁਰਾਂ ਦੇ ਚਰਨਾਂ 'ਤੇ ਅਰਦਾਸ ਬੇਨਤੀ ਕਰਦਾ ਕਿ ਹੇ ਸਤਿਗੁਰ ਸੱਚੇ ਪਾਤਸ਼ਾਹ ਜੀਓ, ਕਿਰਪਾ ਕਰਿਆ ਜੀ, ਰਹਿਮਤ ਕਰਿਆ ਜੀ ਪਰਿਵਾਰ 'ਤੇ, ਮਿਹਰ ਭਰਿਆ ਹੱਥ ਰੱਖਿਆ ਜੀ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸਰੀਆਂ ਜੋ ਹੋਵੇ ਸਾਹਿਬ ਸਿਉ ਮੇਲ, ਸੱਚੇ ਪਾਤਸ਼ਾਹ ਜੀ ਕਿਰਪਾ ਕਰਿਆ ਜੀ, ਰਹਿਮਤ ਕਰਿਆ ਜੀ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਆ ਜੀ, ਔਰ ਸਮੂਹ ਪਰਿਵਾਰ ਨੂੰ, ਸਾਥੀਆਂ ਨੂੰ, ਸੰਬੰਧੀਆਂ ਨੂੰ ਇਹ ਭਾਣਾ ਮੰਨਣ ਦਾ ਬਲ, ਸਮਰੱਥਾ ਅਤੇ ਸ਼ਕਤੀ ਬਖਸ਼ਿਆ ਜੀ। ਇੰਨੀ ਬੇਨਤੀ ਕਰਦਾ ਹੋਇਆ ਮੈਂ ਆਪਣੇ ਵੱਲੋਂ ਬਜ਼ੁਰਗਾਂ ਨੂੰ ਦਿਲ ਦੀਆਂ ਗਹਿਰਾਈਆਂ 'ਚੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਵਾਂ। ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਖਿਮਾ ਦਾ ਜਾਜਕ ਹਾਂ ਜੀ। ਆਓ ਸਤਿਕਾਰ ਨਾਲ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਜ਼ਰੂਰੀ ਬੈਠੇ, ਗੁਰੂ ਰੂਪੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮਾਤਾ ਜਗਿੰਦਰ ਕੌਰ ਜੀ ਦੀ ਅੰਤਮ ਦਾ ਸ਼ਾਮਲ ਹੋਣ ਲਈ ਅੱਜ ਉਹਨਾਂ ਸ਼ਰਧਾ ਨੂੰ ਫੁੱਲ ਭੇਟ ਕੇ ਇਕੱਤਰ ਹੋਏ ਹਾਂ। ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਏ ਨਾਨਕਾ ਸੱਜੇ ਉੱਠ ਜਾਏ,
ਦੇ ਮਹਾਂਵਾਕ ਅਨੁਸਾਰ ਪਰਮਾਤਮਾ ਨੂੰ ਬਖਸ਼ਿਸ਼ ਕੀਤੀ ਆਈ ਭੋਗ ਕੇ ਇਹ ਸੰਸਾਰ ਤੋਂ ਸਦਾ ਸਦਾ ਵਾਸਤੇ ਵਿਛੜ ਗਏ। ਮਦਰ ਖਾਏ ਮੰਡਲ ਮੈਂ ਆਏ, ਕੋਈ ਵੀ ਇਨਸਾਨ, ਕੋਈ ਵੀ ਪ੍ਰਾਣੀ, ਕੋਈ ਵੀ ਜੀਵ ਜਦੋਂ ਦੁਨੀਆਂ 'ਚ ਪੈਦਾ ਹੁੰਦਾ ਹੈ ਉਸ ਵੇਲੇ ਦਾ ਅਖੀਰਲਾ ਸਥਾਨ ਜਾਂ ਭੂਮੰਡਲਾ ਕਹਿ ਦਿਓ ਟਾਈਮ, ਉਸ ਵਕਤ ਸਾਰੇ ਨਿਸ਼ਚਿਤ ਹੋਏ ਆ। ਅੱਜ ਕਿ ਇੱਕ ਸੈਕਿੰਡ ਵੀ ਅੱਗੇ ਪਿੱਛੇ ਨਹੀਂ ਹੋ ਸਕਿਆ, ਇਹ ਸਾਰੀ ਖੀਰ ਸੱਚੇ ਪਾਤਸ਼ਾਹ ਨੇ ਆਪਦੇ ਹੱਥਾਂ 'ਚ ਰੱਖੀ ਹੈ। ਮਾਤਾ ਜੀ ਜੋਗਿੰਦਰ ਕੌਰ ਜਿਨ੍ਹਾਂ ਦੇ ਪੰਜੇ ਬੇਟੇ ਸਾਰੇ ਹੋਣਹਾਰ, ਬਹੁਤ ਵਧੀਆ ਪਰਿਵਾਰ ਆ, ਕਮਾਈ ਕਰਨ ਵਾਲਾ ਗੁਰਸਿੱਖ ਪਰਿਵਾਰ, ਸਾਡੇ 'ਤੇ ਕਿੰਨਾ ਬੋਝ ਹੋਵੇ, ਕਿੰਨਾ ਭਾਰ ਹੋਵੇ ਜੇ ਅਸੀਂ ਆਪਦੇ ਮਾਂ ਬਾਪ ਨੂੰ ਗੱਲ ਦੱਸ ਲਈਏ, ਇਹ ਲੱਗਦਾ ਮੇਰਾ ਸਾਰਾ ਹੀ ਬੋਝ ਆਉਣਾ ਹੋ ਗਿਆ, ਸਾਰਾ ਹੀ ਉਹਨਾਂ ਚੁੱਕ ਲਿਆ, ਅੱਜ ਸਾਰਾ ਹੀ ਬੋਝ ਉਹਨਾਂ ਖੇਡਿਆ ਜਾਣ ਪਿਆ। ਅਸੀਂ ਤੀਰਥਾਂ 'ਤੇ ਜਾਂਦੇ ਹਾਂ, ਇਸ਼ਨਾਨ ਕਰਦੇ ਹਾਂ, ਮੱਥਾ ਟੇਕਦੇ ਹਾਂ, ਜ਼ਿੰਦਗੀ ਜਾਣਾ ਚਾਹੀਦਾ, ਵੱਧ ਤੋਂ ਵੱਧ ਜਾਓ, ਜਿੰਨੇ ਵੀ ਜਾਈਏ ਉਹਨਾਂ ਥੋੜ੍ਹਾ, ਪਰ ਇੱਕ ਤੀਰਥ ਤੁਹਾਡੇ ਘਰ 'ਚ, ਤੁਹਾਡੀ ਮਾਤਾ, ਤੁਹਾਡਾ ਪਿਤਾ, ਜੇ ਉਹਨਾਂ ਤੀਰਥਾਂ ਤੋਂ ਆ ਕੇ ਜੇ ਤੁਸੀਂ ਆਪਦੇ ਮਾਂ ਬਾਪ ਨੂੰ ਗਾਲਾਂ ਕੱਢੋਗੇ, ਕੁੱਟੋਗੇ, ਮਾਰੋਗੇ, ਤਾਂ ਫਲ ਵੀ ਕਿਵੇਂ ਲੱਗੂਗਾ ਫਿਰ? ਸੋ ਮਾਵਾਂ ਠੱਡੀਆਂ ਛਾਵਾਂ ਠੀਕ ਸਿਆਣੇ ਨੇ ਆਖਿਆ, ਮਾਂ ਦੀ ਗੋੜ ਦੀ ਨਿਆਈ ਆ, ਗੋੜ ਦਾ ਦਰਖਤ ਸਾਰੀ ਗਰਮੀ ਆਪਦੇ ਝੱਲ ਕੇ ਜਿਹੜਾ ਉਹਦੇ ਥੱਲੇ ਬੈਠਾ ਰਾਈ ਉਹਨੂੰ ਠੰਡ ਦਿੰਦਾ। ਸਿਆਲ ਦੇ ਦਿਨ ਹੋਣ, ਸਾਰੀ ਠੰਡ ਝੱਲ ਕੇ ਜਿਹੜਾ ਥੱਲੇ ਬੈਠਾ ਡਿੱਗ ਦਿੰਦਾ ਹੈ। ਧੰਨ ਮਾਂ ਦਾ ਡੇਰਾ, ਜਦੋਂ ਗੋ ਮਾਂ ਦੀ ਰਾਤਾਂ ਹੋਣ, ਬੱਚਾ ਪਿਸ਼ਾਬ ਕਰ ਦਿੰਦਾ ਹੈ, ਸਾਰੀ ਰਾਤ ਹੀ ਉਹਨੂੰ ਸੁੱਕੇ ਥਾਂ 'ਤੇ ਪਾ ਕੇ ਆਪ ਗਿੱਲੇ ਥਾਂ 'ਤੇ ਕੱਟਦੀ ਹੈ। ਇਹ ਕੇਵਲ ਅਤੇ ਕੇਵਲ ਮਾਤਾ ਹੀ ਕਰ ਸਕਦੀ ਹੈ। ਸਾਡੇ ਥੱਲੇ ਕਿਤੇ ਥੋੜ੍ਹਾ ਜਿਹਾ ਕਿਤੇ ਡੁੱਲ ਜਾਵੇ ਨਾ ਪਾਣੀ ਵੀ ਮੰਜੇ 'ਤੇ ਬਿਸਤਰੇ 'ਤੇ, ਅਸੀਂ ਬੋੜੀ ਬੋੜੀ ਕਰ ਉੱਠਦੇ ਹਾਂ। ਇਹ ਮਾਂ ਹੀ ਆ ਜਿਹੜਾ ਇੰਨਾ ਕੁਛ ਕਰਦੀ ਹੈ। ਜੇ ਵੀ ਮਾਂ ਸਾਡੇ ਵਾਸਤੇ ਇੰਨਾ ਕੁਛ ਕਰਦੀ ਹੈ ਤਾਂ ਸਾਡਾ ਵੀ ਫਰਜ਼ ਬਣਦਾ ਉਹਦੀ ਸੇਵਾ ਕਰਨ ਦਾ। ਇੱਕ ਤਾਂ ਗੱਲ ਹੁੰਦੀ ਆ ਸੁਣੀ ਸੁਣਾਈ, ਇੱਕ ਗੱਲ ਉਹਦੀ ਹੱਡ ਬੀਤੀ। ਮੈਂ ਸੁਣਾਉਣੀ ਚਾਹੁੰਦਾ ਤਾਂ ਕਿ ਸ਼ਾਇਦ ਉਹਦਾ ਕੋਈ ਅਸਰ ਵੀ ਹੋਵੇ। ਮੈਂ ਇੱਕ ਦਿਨ ਵਹਾਂ ਆਉਣਾ ਸੀ ਭੋਗ ਦੇ ਨਾਲ ਹੀ ਤੁਹਾਡੇ ਗੁਆਂਢ, ਅਤੇ ਬੱਸ ਨੇ ਕਹਿੰਦਾ ਸਾਥ ਦਇਆ ਸੋ ਮੇਰੇ ਨਾਲ ਆਉਣਾ ਸੀ, ਉਹ ਆਪਦੇ ਬੱਚੇ ਛੱਡਣ ਆਇਆ ਸੀ ਰਾਜੋ ਕੇ, ਮੇਰੇ ਉਹਨਾਂ ਨਾਲ ਜਾਣਾ ਸੀ ਰਾਜੋ ਕੇ, ਤੁਸੀਂ ਇਕੱਠੇ ਤੁਰ ਪਏ। ਅੱਗੇ ਜਦੋਂ ਆਏ ਮਾਂ ਦੇ ਨਾਂ ਜਾਂ ਪਾਠਦਾਨ, ਉੱਥੋਂ ਦਾ ਮੁਲਸਲ ਖਰਾਬ ਹੋਇਆ, ਮੈਂ ਨਾਲ ਹੀ ਵੇਲੀ ਅੱਧੇ ਕਿਲੇ ਛੱਡ ਆਉਂਦਾ, ਛੱਡ ਆਉਂ, ਮੈਂ ਗੱਡੀ ਖਿਲਾ ਕੇ ਖਲੋ ਗਿਆ। ਉੱਥੇ ਦਾ ਸਰਦਾਰ ਆਇਆ, ਉੱਚਾ ਲੰਮਾ ਜਵਾਨ ਸੀ, ਅਤੇ ਮੈਨੂੰ ਉਹਦਾ ਸਾਹ ਜੀ ਤੁਹਾਨੂੰ ਮੈਂ ਚਾਹ ਪਾਣੀ ਪੀ ਤਾਂ ਬਗੈਰ ਹੀ ਜਾਣ ਦੇਣਾ। ਮੈਂ ਕਿਹਾ ਟਾਈਮ ਬੜਾ ਥੋੜ੍ਹਾ ਆਇਆ ਕਿ ਹੋ ਗਿਆ ਅਤੇ ਮਸੇ ਫੜਨਾ ਹੈ। ਉਹਦੇ 'ਚ ਪੱਟੀ ਬੱਦੀ ਅਤੇ ਲਹੂ ਨਿਕਲਿਆ, ਮੈਂ ਕਿਹਾ ਸੱਟ ਸੁੱਟ ਲੱਗ ਗਈ ਆ, ਆਂਦਾ ਰਾਤੀ ਮੁੰਡਿਆਂ ਨੇ ਬੜਾ ਕੁੱਟਿਆ ਹੈ। ਮੇਰੀ ਵਿਖ ਦੀ ਗੱਲ ਜੀ ਅੱਜ ਵੀ ਜਾ ਕੇ ਪੁੱਛ ਸਕਦੇ ਜੀ, ਮਹਾਰਾਜ ਜੀ ਜ਼ਰੂਰੀ ਗੱਲ ਕਰ ਰਿਹਾ।
ਮੇਰੇ ਕੋਲ ਮਦਦ ਕਰੋ। ਮੈਂ ਕਿਹਾ ਸਾਂਝੀ ਰਿਸ਼ਤੇ ਨਹੀਂ ਕਰ ਸਕਦੇ, ਭੂਆ ਹੋਈ, ਮਾਸੀ ਹੋਈ, ਮਾਮੇ ਹੋਏ, ਦਾਏ ਚਾਚੀ ਹੋਏ, ਉਹ ਹੀ ਕਰ ਸਕਦੇ ਆ ਭੈਣ ਭਰਾ। ਚਲੋ ਪਹਿਲੇ ਜ਼ਿਆਦਾ ਬਾਅਦ ਦੇ ਫੈਸਲਾ ਚਾਹੁੰਦੀਆਂ ਨੇ। ਉਨੀ ਚਿਰ ਉਹ ਸਾਥ ਦੇਣਾ ਸੀ ਮੇਰੇ ਜਾਣ ਕੇ ਬਹਿ ਗਿਆ। ਮੇਰਾ ਤਾਂ ਮਨ ਬੜਾ ਹੀ ਰਿਖਣਾ ਭਰਿਆ। ਮੈਂ ਕਿਹਾ ਸਾਥ ਦਿਆ ਸੀ ਹਾਂ ਕਿਤੇ ਯਾਰ ਮੁੰਡਿਆਂ ਨੇ ਮਾੜੀ ਕੀਤੀ ਨੂੰ ਕੁੱਟਿਆ। ਆਂਦੇ ਵੀ ਆਪਦੇ ਬਾਪ ਵੀ ਇਸ ਤਰ੍ਹਾਂ ਕੁੱਟਦਾ ਹੈ। ਮੇਰੇ ਕਹਿਣ ਦਾ ਭਾਵ ਇੱਥੇ ਹੀ ਫਲ ਮਿਲ ਜਾਂਦਾ ਹੈ। ਅੱਗੇ ਤਾਂ ਸੱਚੇ ਪਾਤਸ਼ਾਹ ਨੂੰ ਪਤਾ ਹੈ ਕੀ ਹੋਣਾ ਜਾਂ ਕੀ ਨਹੀਂ ਹੋਣਾ, ਸਾਡੀ ਗੱਲ ਦੂਰ ਦੀ ਗੱਲ ਹੈ। ਸੋ ਇਹ ਗੱਲ ਪੱਲੇ ਬਣ ਕੇ ਸਾਡਾ ਫਰਜ਼ ਬਣਦਾ ਸੀ ਆਪਦੀ ਮਾਂ ਦੀ ਬਾਪ ਦੀ ਸੇਵਾ ਕਰੀਏ। ਤੁਸੀਂ ਯਾਰਾਂ ਦੋਸਤਾਂ ਨੂੰ ਸਾਰਾ ਘਰ ਖਵਾ ਦਿਓ, ਲਟਾ ਦਿਓ, ਸ਼ਰਾਬਾਂ ਪਿਓ, ਬੀਡ ਖਵਾਓ, ਬੱਸਾਂ ਜਾਓ, ਮੇਲੇ 'ਚ ਜਾਓ, ਪੁੱਤਰ ਸਾਰਿਆਂ ਦੇ ਜਾਓ, ਜੋ ਮਰਜ਼ੀ ਕਰੋ, ਪਰ ਜੋ ਮਾਤਾ ਦੇ ਪੇਟ 'ਚੋਂ ਸੀਸ ਨਿਕਲੀ ਉਹ ਤੁਹਾਨੂੰ ਨਹੀਂ ਮਿਲਦੀ। ਅੱਜ ਉਹ ਸੀਸ ਬੰਦ ਹੋ ਗਈ। ਮੈਂ ਇੱਕ ਗੱਲ ਵੇਖੀ ਆ, ਜਿਹੜੇ ਪਰਿਵਾਰ ਨੇ ਤਰੱਕੀ ਕੀਤੀ ਆ ਉਹਦੇ ਪਿੱਛੇ ਕਿਸੇ ਔਰਤ ਦਾ ਹੱਥ ਆ। ਮਾਤਾ ਦਾ ਹੋਵੇ, ਪਤਨੀ ਦਾ ਹੋਵੇ, ਬੇਟੀ ਦਾ ਹੋਵੇ, ਔਰ ਸਰਜੀਤ ਸੋਨੀ ਇਸ ਨਗਰ ਦੇ ਸਰਪੰਚ ਬਣੇ ਉਹਦੇ ਪਿੱਛੇ ਮਾਤਾ ਹੀ ਦੱਸ। ਜੇ ਵੀ ਬਾਹਰੋਂ ਪ੍ਰਾਹੁਣੇ ਆਉਂਦੇ ਆ ਤੇ ਆਉਂਦੇ ਚਾਹ ਪਾਣੀ ਨਾ ਮਿਲੂਗਾ, ਰੋਟੀ ਨਾ ਮਿਲੂਗੀ, ਤੇ ਇਹ ਲਾਗੇ ਵੀ ਕਿਹੜਾ ਲੱਗੂਗਾ। ਇਹ ਸਾਰਾ ਘਰੋਂ ਹੀ ਚੱਲਦਾ ਹੈ, ਲੰਗਰ ਤੋਂ ਹੀ ਚੱਲਦਾ ਹੈ, ਆਏ ਗਏ ਸੇਵਾ ਨਾਲ ਹੀ ਕੰਮ ਚੱਲਦਾ ਹੈ। ਪਰ ਔਖਾ ਬੜਾ, ਬੜਾ ਕਰਨਾ ਔਖਾ। ਸੋ ਜੇ ਸਾਹਿਬ ਜੀ ਸੁਣੇ ਪਿੰਡ ਦੀ ਸੇਵਾ ਕੀਤੀ ਆ ਉਹਦੇ ਪਿੱਛੇ ਵੀ ਬਾਤ ਦਾ ਹੱਥ ਹੈ। ਕਈ ਬੰਦੇ ਮੈਂ ਵੇਖੇ ਆ, ਇਹਦੇ ਇੱਕ ਬੰਦਾ ਰੋਜ਼ ਯਾਰਾਂ ਦੋਸਤਾਂ ਜਾਇਆ ਕਰੇ, ਸ਼ਰਾਬਾਂ ਪੀਣੀਆਂ, ਲਿਪਤ ਹੋਣਾ, ਤੇ ਉਹਦੇ ਲੜਨ ਆਪਣਾ ਘਰ ਆਣ ਕੇ ਉਹਦੇ ਘਰ ਵਿੱਚ ਉਹ ਕੱਲਾ ਮਾੜਾ ਵਿਆਹ ਦਾ ਗਾਲਾਂ ਵੀ ਕੱਢ ਦਿੰਦੇ ਆ, ਰੋਜ਼ ਇਹੋ ਹਾਲ ਆ। ਕਈ ਵੇਲਾਂ ਦੇ ਲੈ ਕੇ ਚੱਕੀ ਆ ਉਹ ਵੀ ਪੈ ਜਾਣਾ। ਇੱਧਰ ਯਾਰਾਂ ਦੋਸਤਾਂ ਨੇ ਆਖਿਆ ਯਾਰ ਆਪਾਂ ਵੀ ਅੱਜ ਦੇ ਘਰ ਚਲੀਏ, ਹਰ ਰੋਜ਼ ਆਪਣੇ ਘਰੋਂ ਹੀ ਘਰ ਸ਼ਰਾਬਾਂ ਪੀਂਦਾ ਕਰਦਾ ਹੈ। ਉਹ ਵੀ ਚੱਲ ਚਾਲੀਏ ਚਲੇ ਗਏ। ਉਹਨੂੰ ਪਤਾ ਜੋ ਬੀਬੀ ਨੇ ਘਰ ਗਈ ਨੇ ਸੇਵਾ ਕਰਨੀ ਆ, ਪਰ ਦਾਸ ਜੀ ਸੁਣ ਲਿਓ ਧਿਆਨ ਨਾਲ। ਆਉਂਦਾ ਵੀ ਅੱਗੇ ਅੱਗੇ ਜਾ ਕੇ ਤੁਰਿਆ ਤੇ ਪਹਿਲਾਂ ਆਖ ਦੇਵਾਂ ਬੀਬੀ ਨੂੰ ਕਿ ਅੱਜ ਗਰਮਾ ਆ ਗਈ, ਮੇਰੀ ਇੱਜ਼ਤ ਰੱਖ ਲਈ, ਮੇਰੇ ਨਾਲ ਬੜੇ ਬਹੁਤ ਪਰ ਪ੍ਰਾਹੁਣੇ ਆਏ ਆ। ਅੱਗੋਂ ਪੈ ਗਈ ਉਹ ਆਉਂਦੀ ਉਤਰੇ, ਜਿਹੜੇ ਰਾਤ ਦੇ ਯਾਰਾਂ ਵਜੇ ਲੋਕਾਂ ਦੇ ਘਰ ਚਲੇ ਫਿਰਦੇ ਬਹੁਤ ਕਰਦੇ, ਉਹ ਵਿਚਾਰੇ ਉੱਥੇ ਪਿਛਾ ਮੁੜ ਗਏ। ਮਤਲਬ ਘਰ ਜਿਹੜਾ ਬੀਬੀਆਂ ਸਿਰ 'ਤੇ ਆ। ਅਸੀਂ ਤਾਂ ਸਵੇਰ ਤੋਂ ਨਿਕਲੇ ਹੁੰਦੇ ਹਾਂ, ਸ਼ਾਮ ਨੂੰ ਕਿ ਜਾਣਾ, ਭਾਈ 9 ਵਜੇ ਚਲੇ ਜਾਣਾ ਕਿ 10 ਵਜੇ ਚਲੇ ਜਾਣਾ ਕਿ 8 ਵਜੇ ਚਲੇ ਜਾਣਾ, ਘਰ 'ਚ ਪੀਏ ਨਾ ਬੀਬੀਆਂ ਸੰਭਾਲਣਾ। ਔਰ ਉਸੇ ਬੰਦੇ ਨੇ ਤਰੱਕੀ ਕਰਨੀ ਆ ਜਿਹੜੀਆਂ ਬੀਬੀਆਂ ਘਰ ਦੀਆਂ ਸਵਾਣੀਆਂ ਚੰਗੀਆਂ ਨੇ, ਕੰਮ ਕਰਦੀਆਂ ਨੇ, ਉਹ ਘਰ ਜ਼ਰੂਰ ਤਰੱਕੀ ਕਰੂਗਾ। ਅੱਜ ਬੀਬੀ ਜੋਗਿੰਦਰ ਕੌਰ ਦੀ ਜਾਨ ਦੇ ਨਾਲ ਬਹੁਤ ਵੱਡੀ ਘਾਟ ਆਈ ਆ। ਉਹ ਆਪਦੇ ਪਰਿਵਾਰ 'ਚ ਧੀਆਂ ਨੂੰ, ਬੇਟਿਆਂ ਨੂੰ, ਪੋਤਰਿਆਂ ਪੋਤੀਆਂ ਨੂੰ, ਦੋਹਦਿਆਂ ਦੋਹਦਿਆਂ ਨੂੰ ਜੋ ਵੀ ਗੱਲ ਆਖਦੇ ਉਹ ਸਾਰੇ ਬੱਚੇ ਮੰਨਦੇ ਆ। ਉਹਦਾ ਸਾਰਿਆਂ ਉੱਤੇ ਛਾਇਆ ਹੁੰਦਾ ਹੈ। ਅੱਜ ਉਹ ਛਾਇਆ ਉੱਠ ਗਿਆ। ਸੋ ਸਿਆਣਿਆਂ ਦੀਆਂ ਖੁਸ਼ੀਆਂ ਸ਼ਾਮਲੇ ਖੁਸ਼ੀਆਂ ਵੱਧਦੀਆਂ ਨੇ, ਜੇ ਦੁੱਖ ਦੀਆਂ ਦੁੱਖ ਹੋ ਜਾਂਦਾ ਹੈ। ਅੱਜ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਹਾਜ਼ਰ ਹੋਇਆ। ਗੁਰੂ ਮਾਂ ਚਰਨਾਂ ਦਾਸ ਕਹਿੰਦਾ ਹੇ ਸੱਚੇ ਪਾਤਸ਼ਾਹ, ਉਹਨਾਂ ਨੂੰ ਅੱਜ ਚੰਦਾ ਨਿਵਾਸ ਬਖਸ਼, ਸਾਰੇ ਪਰਿਵਾਰ ਨੂੰ, ਸਾਥੀਆਂ ਨੂੰ, ਦੋਸਤਾਂ ਨੂੰ, ਭਾਣਾ ਮਨਣ ਦਾ ਬਲ ਬਖਸ਼। ਇੰਨੇ ਸ਼ਬਦ ਕਹਿ ਕੇ ਸ਼ਰਧਾ ਫੁੱਲ ਭੇਟ ਕਰਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਬੇਨਤੀ ਆ ਭਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਨੂੰ ਬੇਨਤੀ ਆ ਕਿ ਗੁਰੂ ਕਾ ਲੰਗਰ ਅਟੁੱਟ ਵਰਤ ਰਿਹਾ ਵਾ। ਸੋ ਸੇਵ ਪਰਿਵਾਰ ਵੱਲੋਂ ਬੇਨਤੀ ਆ ਕਿ ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਊਗੀ, ਉਪਰੰਤ ਗੁਰੂ ਪਾਤਸ਼ਾਹ ਜੀ ਆਪਣੇ ਆਵਣ ਦਾ ਅਸਥਾਨਾਂ 'ਤੇ ਪਹੁੰਚਣਗੇ। ਸੰਗਤ ਨੂੰ ਬੇਨਤੀ ਆ ਕਿ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸੱਜੇ ਰਹਿਣਾ ਜਦੋਂ ਤੱਕ ਕਿ ਗੁਰੂ ਪਾਤਸ਼ਾਹ ਜੀ ਪੰਡਾਲ ਵਿੱਚੋਂ ਨਹੀਂ ਜਾਂਦੇ ਜੀ। ਵਾਹ